देखो थोड़ी किताब आई सानू इन्ना चाहिए साढ़े पैर नहीं पुंजे लग रहे मतलब मैं तां रख मैं तां लाई बैठा यार मैं ना कहीं वो शब्द वरते हैं जिहड़ी मेरी बेबे वरतिया करती थी ते बेबे दे शब्द भी कदे गलत हो सकदे वरते हुए एक गल है मनजीत जिहड़े शब्द आपां बोलदे आं पहलां बेबे तैनू बोलदी सी जां घर च किसे नू बोलदी सी बेबे गुरद्वारे रेडियो च थोड़ी बोलदी सी है ना पर आपां तां जदों सुणा रहे आं सारयां नू सुणा रहे आं किताब च वी सारयां नू सुणा मेरी 34 लाख न्याणा नैट पर मैं शायद अंकड़े घट वध हो सकां उन्हां स्कूलां दे विच है जिथे मतलब पंजाबी बोलने पाबंदी है अंग्रेजी मीडियम है हिंदी के बुला यार ये गुरदास मानगल बिल्कुल गलत होया करया जिहड़े बंदे कर रहे हैं बहुत वड्डी कोह है मैं गुरदास मानगल सहमत नहीं पर इस बना पर उन्होंने गदार गाना फिर तो पंजाब गदारा का गढ़ है तो जिहड़ियां लिखदियां ने सानूं वह भी परवाह नहीं है सानूं ओहो मतलब ये तो मतलब साढ़े राह च रोड़ा आ गई कितने सब तो वधिया ना लिखण लग जाण फिर असीं बहुत वड्डी इक चाल चली फिर असीं लिखिया भी औरत दी किताब औरत होण करके बिक जांदी आ उच्च काबिलियत नाल दी कोई चीज नहीं होंदी करके मिल जांदे आ जिहड़ा सवाल है वो सारे सवालों दा जवाब इक्को जवाब दे रहा मैं जिन्ने भी सवाल होणगे ना अगे नूं कहिंदा इस किताब च मैं अपने विचार लिखे ने हो सकदा तुहानूं इह चंगे ना लगण तुहाडे विचार मेरे तो उल्ट हो सकदे ने मैं अपने विचारां दे आखरी सच होण दा कोई दावा नहीं करदा ते कुत्तियां दे पिछे जदों भजदे सी ते मैं ते मनजीत सिंह ने कुत्तियां दे पिछे भजणा ते उदों मनजीत सिंह ने पहले ही कविता लिखी सी मैं ते कुत्ता बेअकलियां बातां ने ते मैं सोचा यार बंदे उदास रहा इन्ने उन्हां नूं बेचारे नूं माड़ा मोटी खुशी खेड़ा मिल जाए कितें नहीं तो लेखक की किताब पढ़ने के बाद कई बंदे का जी करा भी किकर नूं जफ्फी वगैरह होया जाए ਨਾਲੇ ਐਕਟ ਦੀ ਥੰਬਨੇਲ ਵੀ ਆਪਾਂ ਹੀ ਲਿਖਣਾ ਵੀ ਸੋਸ਼ਲ ਤੇ ਤਿੰਨ ਪੱਤਰਕਾਰਾਂ ਨੇ ਕੀਤੀ ਮਨਜੀਤ ਸਿੰਘ ਰਾਜਪੁਰੀ ਦੀ ਚਿੱਬ ਕੱਢ ਇੰਟਰਵਿਊ ਹਾਂ ਉਹ ਤਾਂ ਹੀ ਲੋਕ ਦੇਖਦੇ ਆ ਨਹੀਂ ਤੁਸੀਂ ਫਿਰ ਮੁੱਖ ਬੰਦ ਕਿਉਂ ਨਹੀਂ ਲਿਖਵਾਇਆ ਕਿਤਾਬ ਦਾ ਚੌਥੀ ਕਿਤਾਬ ਆ ਬਹੁਤ ਵੱਡੀ ਗੱਲ ਆ ਪਤਾ ਕਿਉਂ ਨਹੀਂ ਮੁੱਖ ਬੰਦ ਲਿਖਵਾਇਆ ਕਹਿੰਦੇ ਉਹਨਾਂ ਨੇ ਇਹਦਾ ਮੁੱਖ ਬੰਦ ਕਰ ਦੇਣਾ ਪਲੀਜ਼ ਪਹਿਲਾਂ ਕਿਰਪਾ ਕਰਕੇ ਮੇਰੀ ਗੱਲ ਸੁਣੋ ਮੈਂ ਕਿਹਾ ਮੈਂ ਕਿਤਾਬ ਨਾ ਇਹ 3 ਘੰਟੇ 'ਚ ਪੜ੍ਹ ਲਈ ਸੀਗੀ ਅਤੇ ਜਦੋਂ ਮੈਨੂੰ ਕੱਲ੍ਹ ਗੁਰਦੀਪ ਨੇ ਕਿਹਾ ਵੀ ਆਪਾਂ ਮਨਜੀਤ ਭਾਜੀ ਨਾਲ ਕਿਤਾਬ 'ਤੇ ਕੱਲ੍ਹ ਨੂੰ ਗੱਲ ਕਰਨੀ ਹੈ ਨਾ ਤਾਂ ਮੈਂ ਰਾਤ ਦੁਬਾਰਾ ਫਿਰ ਸੋਚਿਆ ਵੀ ਮੇਰੇ ਕੋਲ ਕਿਤਾਬ ਨਹੀਂ ਹੈਗੀ ਕਿਉਂਕਿ ਸਰਬਜੀਤ ਭਾਜੀ ਲੈ ਗਏ ਸੀਗੇ ਕਿਤਾਬ ਵੀ ਮੈਂ ਸਵਾਲ ਤਾਂ ਕੋਈ ਤਿਆਰ ਹੀ ਨਹੀਂ ਕੀਤੇ ਪਰ ਮੈਨੂੰ ਹੁਣ ਪਤਾ ਲੱਗਿਆ ਲੋੜ ਹੀ ਨਹੀਂ ਸੀ ਵੀ ਸੋਸ਼ਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਅਸੀਂ ਸਾਰੇ ਜਣੇ ਸਵਾਗਤ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦਾ ਪ੍ਰੋਗਰਾਮ ਗੱਲ 'ਤੇ ਗੱਲ ਸਮਰਪਿਤ ਹੈ ਨਵੀਂ ਇਹ ਕਿਤਾਬ ਤੀਵੀਆਂ ਦੀ ਜਨ ਨੂੰ ਇਹ ਮਨਜੀਤ ਸਿੰਘ ਰਾਜਪੁਰੀ ਹੋਰਾਂ ਦੀ ਚੌਥੀ ਕਿਤਾਬ ਹੈ ਅਤੇ ਇਹਦੇ ਵਿੱਚ ਵੀ ਕੋਈ ਬਾਹਲੀਆਂ ਸਿੱਧੀਆਂ ਗੱਲਾਂ ਨਹੀਂ ਉਹਨਾਂ ਨੇ ਕੀਤੀਆਂ ਹੋਈਆਂ ਇਹਦੇ 'ਚ ਸਾਰੇ ਪੁੱਠੇ ਲੇਖ ਨੇ ਅਤੇ ਇਹ ਕਿਤਾਬ 'ਚ ਉਹਨਾਂ ਨੇ ਮੁੱਖ ਬੰਦ ਨਹੀਂ ਪਾਇਆ ਅਤੇ ਜਿਨ੍ਹਾਂ ਨੂੰ ਕਿਤਾਬ ਸਮਰਪਿਤ ਕੀਤੀ ਆ ਉਹ ਵੀ ਬੜੀ ਅਜੀਬ ਗੱਲ ਹੈ ਅਤੇ ਇਸ ਕਿਤਾਬ ਦੇ ਮਹਾਨ ਲੇਖਕ ਸਾਡੇ ਵਿਚਕਾਰ ਮੌਜੂਦ ਅੱਜ ਮੌਜੂਦ ਨੇ ਉਹਨਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ ਲੈ ਬਈ ਸਤਿ ਸ਼੍ਰੀ ਅਕਾਲ ਹੈ ਸਾਰਿਆਂ ਨੂੰ ਜਿੰਨੇ ਵੀ ਮਨ ਨੂੰ ਸੁਣ ਰਹੇ ਹੈ ਦੁਨੀਆ ਜਹਾਨ ਕੇ ਵਿੱਚ ਦੇਖੋ ਤੁਹਾਡੀ ਕਿਤਾਬ ਆਈ ਸਾਨੂੰ ਇੰਨਾ ਚਾਹੀ ਸਾਡੇ ਪੈਰ ਨਹੀਂ ਪੁੰਜੇ ਲੱਗ ਰਹੇ ਮਤਲਬ ਮੈਂ ਤਾਂ ਰੱਖ ਲਿਆ ਮੈਂ ਤਾਂ ਲਾਈ ਬੈਠਿਆ ਮੈਂ ਤਾਂ ਲਾਏ ਵੇ ਮੈਂ ਨਾ ਬੂਟ ਕੱਢਦਾ ਨਹੀਂ ਵਿੱਚੋਂ ਪਲਤਾਵਾਂ ਜਾਂ ਬਾਹਰ ਆ ਜਾ ਨਹੀਂ ਤੁਸੀਂ ਵੀ ਜ਼ਬਰਦਸਤੀ ਉਹ ਲਾਏ ਹੋਏ ਨੇ ਵੈਸੇ ਲੱਗ ਤੁਹਾਡੇ ਵੀ ਨਹੀਂ ਰਹੇ ਨਹੀਂ ਮਨਜੀਤ ਕਿਤਾਬ ਦੀ ਗੱਲ ਕਰੀਏ ਤਾਂ ਕਿਹੋ ਜਿਹੇ ਤੁਹਾਨੂੰ ਜਿਹੜੇ ਇਹਦੇ ਉਹ ਆਏ ਆ ਰਿਵਿਊ ਆਏ ਆ ਜਿਹੜੇ ਅੱਜ ਅਸੀਂ ਨਾ ਅੰਗਰੇਜ਼ੀ 'ਚ ਬੋਲਾਂਗੇ ਆਪਾਂ ਰਿਐਕਸ਼ਨਸ ਆਏ ਮਨਜੀਤ ਤੁਹਾਨੂੰ ਭਾਜੀ ਕੁਝ ਬੰਦੇ ਕਹਿੰਦੇ ਯਾਰ ਕੀ ਹੈ ਬਕਵਾਸ ਹੈ ਮੈਂ ਕਿਆ ਹੈ ਕੁਝ ਕਹਿੰਦੇ ਯਾਰ ਬੜਾ ਨਜ਼ਾਰਾ ਆਇਆ ਨਹੀਂ ਬਕਵਾਸ ਕਿਤਾਬ ਦੋ ਚੀਜ਼ਾਂ ਅੱਛਾ ਦੇਖੋ ਗੱਲ ਇੱਦਾਂ ਹੈ ਵੀ ਪੰਜਾਬੀ ਦੇ ਵਿੱਚ ਬਹੁਤ ਸਾਰਾ ਲਿਟਰੇਚਰ ਜਿਹੜਾ ਹੈਗਾ ਅੱਜ ਕੱਲ੍ਹ ਪਬਲਿਸ਼ ਹੋ ਰਿਹਾ ਅਤੇ ਰਾਈਟਰਸ ਲਿਖ ਰਹੇ ਨੇ ਅਤੇ ਰੀਡਰਸ ਰੀਡ ਕਰ ਰਹੇ ਨੇ ਨਹੀਂ ਤੁਸੀਂ ਲੇਖਕ ਵਾਂਗੂ ਕਾਤੇ ਬੋਲ ਰਹੇ ਹੋ ਨਹੀਂ ਮੈਂ ਪੰਜਾਬੀ ਭਾਵਨਾ ਵਾਲੀ ਉਹਦੇ 'ਚ ਆ ਰਿਹਾ ਵੀ ਉੱਥੇ ਇੱਦਾਂ ਹੀ ਮਤਲਬ ਕਿ ਉਹ ਮੈਂ ਦੇਖਿਆ ਹੈ ਵੀ ਲੇਖਕ ਬੈਠਿਆ ਹੁੰਦਾ ਅਤੇ ਬਾਕੀ ਉਹਦੇ ਨਾਂ ਦੇ ਕੀਰਨੇ ਜੇ ਪਾਰੇ ਹੁੰਦੇ ਹੈ ਨਾ ਸਰਬੀ ਅਤੇ ਵੈਸੇ ਮੈਨੂੰ ਚੰਗਾ ਲੱਗਿਆ ਚ ਸਰਬੀ ਵੀ ਗਿਆ ਤਾਂ ਮੈਂ ਨੇ ਚੰਗੇੜਾ ਕੱਢਿਆ ਇੱਕ ਕਿਤਾਬ ਪਰ ਬੁਲਾਏ ਅਤੇ ਉੱਥੇ ਕਿਸੇ ਨੇ ਕੀਰਨੇ ਨਹੀਂ ਪਾਏ ਅਤੇ ਨਾ ਹੀ ਕੋਈ ਲੇਖ ਕਿਤਾਬ ਅਸਲ ਮੈਂ ਨਾ ਇਹ ਪਤਾ ਕਿਆ ਬਾਤ ਹੈ ਅੱਜ ਕੱਲ੍ਹ ਮਾਰੀ ਜ਼ਿੰਦਗੀ ਦੇ ਵਿੱਚ ਨਾ ਕਿ ਯਾਰ ਹਰ ਟਾਈਮ ਆਪਾਂ ਬਹੁਤ ਕਿਸੇ ਚੀਜ਼ ਨੂੰ ਇਸ ਤਰ੍ਹਾਂ ਬਣਾ ਕੇ ਪੇਸ਼ ਕਰ ਰਹੇ ਹਾਂ ਬਹੁਤ ਬੜਾ ਮਸਲਾ ਹੈ ਗੰਭੀਰ ਹੈ ਅਤੇ ਮੈਂ ਦੇਖੋ ਜਦ ਲੇਖਕ ਕੀ ਕਿਤਾਬ ਜੀ ਹੋਇਆ ਤਾਂ ਉਹ ਲੇਖਕ ਐਂ ਬੈਠਿਆ ਕੁਰਸੀ ਪਰ ਉਸੀ ਕੇ ਬੰਦੇ ਇੱਕ ਸਟੇਟ ਸੈਕਟਰੀ ਜਾਂ ਬਣ ਜਾਏ ਫਿਰ ਉਸਕਾ ਨਾਂ ਲੇਖਾ ਜੂੰ ਐਕਚੁਲੀ ਮਨਜੀਤ ਸਿੰਘ ਅਤੇ ਮੈਂ ਵੀ ਯੂਅਰ ਚਾਈਲਡਹੁੱਡ ਫਰੈਂਡਸ ਅਤੇ ਮੈਨੂੰ ਯਾਦ ਆਉਂਦਾ
ਸੋ ਇੱਕ ਵਾਰੀ ਜਦੋਂ ਘਲਾੜੀਆਂ ਚੱਲਦੀਆਂ ਸੀ ਪਿੰਡਾਂ ਦੇ ਵਿੱਚ ਸੋ ਮੈਨੀ ਪੀਪਲ ਨੋ ਦੈਟ ਘਲਾੜੀ ਬਟ ਆਈ ਨੋਟ ਓਕੇ ਅਤੇ ਘਲਾੜੀ 'ਚ ਅਸੀਂ ਕੁੱਤੇ ਬਹੁਤ ਉੱਥੇ ਹੁੰਦੇ ਸੀਗੇ ਅਤੇ ਕੁੱਤਿਆਂ ਦੇ ਪਿੱਛੇ ਜਦੋਂ ਭੱਜਦੇ ਸੀ ਅਤੇ ਮੈਂ ਅਤੇ ਮਨਜੀਤ ਸਿੰਘ ਨੇ ਕੁੱਤਿਆਂ ਦੇ ਪਿੱਛੇ ਭੱਜਣਾ ਅਤੇ ਉਦੋਂ ਮਨਜੀਤ ਸਿੰਘ ਨੇ ਪਹਿਲੀ ਕਵਿਤਾ ਲਿਖੀ ਸੀ ਮੈਂ ਅਤੇ ਕੁੱਤਾ ਅਤੇ ਅੱਜ ਕੱਲ੍ਹ ਉਹਦਾ ਅੰਗਰੇਜ਼ੀ ਵਰਜ਼ਨ ਵੀ ਆ ਗਿਆ ਉਹਦਾ ਨਾਂ ਹੈ ਮੀ ਐਂਡ ਡੋਗ ਡੋਗੀ ਅਤੇ ਤੁਸੀਂ ਪੜ੍ਹ ਸਕਦੇ ਹੋ ਨਹੀਂ ਮੀ ਐਂਡ ਮਾਈ ਟੋਮੀ ਆ ਓਕੇ ਸੋ ਆਹ ਸਾਰਾ ਕੁਛ ਯਾਰ ਇਸ ਕਰਕੇ ਮੈਂ ਕਿਤਾਬ ਦੇ ਵਿੱਚ ਅਕਲ ਵਾਲੀ ਗੱਲਾਂ ਸੁਣਾਵਾਂ ਯਾਰ ਕਿਤਾਬ ਦੇ ਵਿੱਚ ਨਾ ਅਕਲ ਵਾਲੀ ਬਾਤ ਕੋਈ ਘੱਟ ਹੀ ਮਿਲੇਗੀ ਕਿਸੇ ਨੂੰ ਬੇਅਕਲੀਆਂ ਬਾਤਾਂ ਨੇ ਅਤੇ ਮੈਂ ਸੋਚਿਆ ਯਾਰ ਬੰਦੇ ਉਦਾਸ ਰਹਾ ਇੰਨੇ ਉਹਨਾਂ ਨੂੰ ਵਿਚਾਰਿਆਂ ਨੂੰ ਮਾੜਾ ਮੋਟੀ ਖੁਸ਼ੀ ਖੇੜਾ ਮਿਲ ਜਾਏ ਕਿਤੇ ਨਹੀਂ ਤਾਂ ਲੇਖਕ ਦੀ ਕਿਤਾਬ ਪੜ੍ਹਨੇ ਦੇ ਬਾਅਦ ਕਈ ਬੰਦਿਆਂ ਦਾ ਜੀ ਕਰਾ ਵੀ ਕਿੱਕਰ ਨੂੰ ਜੱਫੀ ਪਾ ਕੇ ਰੋਇਆ ਜਾਵੇ ਵੀ ਯਾਰ ਇੰਨਾ ਗੰਭੀਰ ਹੈ ਬੰਦਾ ਅਤੇ ਇੱਕ ਹੋਰ ਚੀਜ਼ ਮੈਂ ਦੇਖੀ ਹੈ ਆਹ ਉਹ ਬੰਦਾ ਤਾਂ ਬੰਦੇ ਨੂੰ ਟੱਕਰਦਾ ਨਹੀਂ ਅੱਜ ਕੱਲ੍ਹ ਹਾਂ ਉਹ ਬੰਦਾ ਉਹ ਨਹੀਂ ਨਹੀਂ ਬੰਦੇ ਲੇਖਕ ਨੂੰ ਟੱਕਰਨਾ ਵੀ ਨਹੀਂ ਚਾਹੀਦਾ ਲੇਖਕ ਕਿਉਂਕਿ ਜੋ ਕੁਛ ਲਿਖ ਰਿਹਾ ਆਪ ਹੁੰਦਾ ਹੀ ਨਹੀਂ ਉਹ ਹੈ ਨਹੀਂ ਤੇਰੇ ਸਰਬੀ ਨੇ ਇੱਕ ਵਾਰ ਮੈਨੂੰ ਨਾਂ ਦਿਆ ਤਾ ਮੈਨੂੰ ਬੜਾ ਯਾਦ ਆਉਂਦਾ ਬੜਾ ਚੰਗਾ ਲੱਗਿਆ ਕਹਿੰਦਾ ਮਨਜੀਤ ਸਿੰਘ ਦੋਗਲਾ ਇਹ ਤਾਂ ਖੱਲਸ ਦੋਗਲਾ ਖੱਲਸ ਕਹਿੰਦਾ ਮਨਜੀਤ ਸਿੰਘ ਯਾਰ ਰਾਜਪਾਣੀ ਕਹਿੰਦਾ ਦੋਗਲਾ ਮੈਂ ਕਿਹਾ ਸੋ ਸਹੀ ਲੱਗਿਆ ਸੋ ਭਾਈ ਜਿਹਨਾਂ ਨੇ ਵੀ ਉਹ ਵੀਡੀਓ ਸ਼ਾਇਦ ਕਈ ਬੰਦਿਆਂ ਨੇ ਦੇਖੀ ਹੋਇਆ ਅਤੇ ਜਿਹੜੇ ਬੰਦੇ ਉੱਥੇ ਆ ਕੇ ਗਏ ਜਿਹਨੂੰ ਮੈਂ ਕਿਤਾਬ ਵਾਲਾ ਉਹ ਲਾਇਆ ਪ੍ਰੋਗਰਾਮ ਕਰਿਆ ਜੋ ਵੀ ਤੋ ਬੰਦੇ ਯਾਦ ਕਰਦੇ ਤੇ ਵੀ ਉੱਥੇ ਮਤਲਬ ਕੋਈ ਇਸ ਤਰ੍ਹਾਂ ਦਾ ਮਸਲਾ ਨਹੀਂ ਤਾ ਵੀ ਅਕਲ ਵਾਲੀ ਗੱਲ ਕਿਸੇ ਨੇ ਕਰੀ ਹੋਵੇ ਸਰ ਵੀ ਉੱਥੇ ਦਾ ਅਸਲ ਦੇ ਵਿੱਚ ਮਨਜੀਤ ਉਹਦਾ ਸਟੇਜ ਸੈਕਟਰੀ ਮੈਂ ਆਪ ਹੀ ਮੈਂ ਪਤਾ ਕਿਆ ਮੈਂ ਆਪ ਹੀ ਸਟੇਜ ਸੈਕਟਰੀ ਵਾਲਾ ਕੰਮ ਤਾਂ ਕਰਿਆ ਵੀ ਕੋਈ ਜ਼ਿਆਦਾ ਸਿਆਣਾ ਕਹੇ ਵੀ ਯਾਰ ਇਹਨੇ ਚਾਹ ਅਤੇ ਪਕੌੜੇ ਖਿਲਾਏ ਆ ਗੁਲਾਬ ਜਾਮਣਾ ਵੀ ਖਿਲਾਤੀ ਉਹ ਐਸੇ ਤਾਂ ਇਕੱਠੇ ਕਰੇ ਵੀ ਤਾਂ ਪੈਸੇ ਉਹ ਤੁਹਾਨੂੰ ਪਤਾ ਹੀ ਹੈ ਅਤੇ ਮੈਂ ਕਿਹਾ ਕਦੇ ਮੇਰੇ ਕੀਰਨੇ ਨਾ ਪਾਉਣ ਲੱਗ ਜਾਏ ਇਸ ਕਰਕੇ ਪਹਿਲਾਂ ਮੈਂ ਇਹੀ ਸੋਚਿਆ ਵੀ ਚੱਲ ਬਈ ਅਤੇ ਸਾਡੇ ਭਾਅ ਜੀ ਟਿੱਬਾ ਸਿੱਧੂ ਬਹੁਤ ਵਧੀਆ ਗਾਉਂਦੇ ਹੈ ਅਤੇ ਰੱਬ ਨੇ ਜਿੱਡਾ ਇਹਨਾਂ ਨੂੰ ਮੂੰਹ ਦਿੱਤਾ ਹੈ ਜੇ ਦਿਮਾਗ ਵੀ ਐਡਾ ਦੇ ਦਿੰਦਾ ਤਾਂ ਮੋਦੀ ਨੇ ਵੀ ਕਿਆ ਮੁਕਾਬਲਾ ਕਰਨਾ ਤਾਂ ਇਹਨਾਂ ਦਾ ਨਹੀਂ ਮੋਦੀ ਦਾ ਦਿਮਾਗ ਹੈਗਾ ਨਹੀਂ ਮੈਨੂੰ ਲੱਗਿਆ ਵੀ ਤੇ ਥੋੜ੍ਹਾ ਜਿਹਾ ਜ਼ਿਆਦਾ ਮੈਨੂੰ ਐਂ ਲੱਗਦਾ ਵੀ ਗੱਲਾਂ ਬਾਤਾਂ ਤੁਸੀਂ ਦੋਵੇਂ ਹੀ ਕਰ ਲਓ ਅਸੀਂ ਉੱਠ ਹੀ ਜਾਈਏ ਨਹੀਂ ਮੈਂ ਤੁਹਾਨੂੰ ਇਹ ਗੱਲ ਉਹੀ ਗੱਲ ਕਰਦਾ ਸੀਗਾ ਯਾਰ ਇੱਕ ਮਿੰਟ ਫੜਾਈ ਮੈਨੂੰ ਨਹੀਂ ਮੈਂ ਇੱਕ ਗੱਲ ਕਰ ਲਾ ਹੁਣ ਠੀਕ ਹੈ ਤੇਰੀ ਕਿਤਾਬ ਆਈ ਹੈ ਮੈਂ ਕਹਿੰਦਾ ਸੀ ਉੱਥੇ ਜਿਹੜਾ ਕਿਤਾਬ ਦੀ ਜਦੋਂ ਘੁੰਡ ਚੁਕਾਈ ਹੋਈ ਤਿੰਨ ਚਾਰ ਘੰਟੇ ਸਾਰੇ ਜੱਕੜ ਵੱਢੀ ਗਏ ਉੱਥੇ ਨੱਚੀ ਖੇਡੀ ਗਏ ਸਭ ਕੁਛ ਕਰੀ ਗਏ ਆਪਦੇ ਘਰਾਂ ਨੂੰ ਤੁਰ ਗਏ ਬਾਅਦ 'ਚ ਅਸੀਂ ਦੋਵਾਂ ਨੇ ਸੋਚਿਆ ਵੀ ਕਿਤਾਬ ਬਾਰੇ ਤਾਂ ਕਿਸੇ ਨੇ ਗੱਲ ਨਹੀਂ ਕੀਤੀ ਮਤਲਬ ਅੱਜ ਵੀ ਉਵੇਂ ਨਾ ਹੋਵੇ ਆਪਾਂ ਕਿਤਾਬ ਬਾਰੇ ਗੱਲ ਕਰੀਏ ਪਹਿਲਾਂ ਮੇਰਾ ਇੱਕ ਸਵਾਲ ਆ ਪਹਿਲਾਂ ਇਹਦੇ ਟਾਈਟਲ ਬਾਰੇ ਦੱਸੋ ਵੀ ਤੁਸੀਂ ਤੀਵੀਆਂ ਦੀ ਜਨ ਹੀ ਕਿਉਂ ਰੱਖਿਆ ਟਾਈਟਲ ਯਾ ਅਸਲ ਮਾ ਨਾ ਇਹਦਾ ਟਾਈਟਲ ਪਹਿਲਾਂ ਬਲੂੰਗੜੇ ਦਾ ਮੈਂ ਸੋਚਿਆ ਵੀ ਬਲੂੰਗੜੇ ਲਿਖਿਆ ਜਾਵੇ ਇੱਕ ਉਹ ਵੀ ਤੁਸੀਂ ਫਾਈਨਲ ਕੀਤਾ ਸੀ ਗੁਲਾਬੀ ਭਵਨ ਦੇ ਘੋੜੇ ਨਹੀਂ ਨਹੀਂ ਉਹ ਵੀ ਸ਼ਾਇਦ ਦਿਮਾਗ 'ਚ ਆਇਆ ਅੱਛਾ ਫਿਰ ਆ ਭਾਈ ਬੀਬੀ ਬੈਠੀ ਰੁਪਿੰਦਰ ਕੌਰ ਸੰਧੂ ਇਹਨਾਂ ਨੇ ਨਾਂ ਦੱਸਿਆ ਬੀਬੀ ਨੇ ਵੀ ਤੀਵੀਆਂ ਦੀ ਜਨ ਜ਼ਿਆਦਾ ਦਿਲਚਸਪ ਹੈ ਵੀ ਬੰਦੇ ਨੂੰ ਸੁਣ ਕੇ ਲੱਗਦਾ ਵੀ ਯਾਰ ਕੀ ਹੈ ਸਵਾਲ ਖੜਾ ਹੁੰਦਾ ਸੋ ਰੁਪਿੰਦਰ ਨੂੰ ਜਹਾ ਵੀ ਇਸ ਬਾਤ ਦਾ ਸਿਹਰਾ ਵੀ ਇਹਨੇ ਨਾਂ ਰੱਖਿਆ ਤੀਵੀਆਂ ਦੀ ਜਨ ਪੰਜਾਬੀ ਨਹੀਂ ਉਹ ਉਲ ਜਲੂਲ ਹੋਰ ਹੁੰਦਾ ਅਬਸਰਡ ਹੋ ਗਿਆ ਤਾਂ ਸ਼ਾਇਦ ਜੇ ਮੇਰੀ ਵੋਕੈਬਲਰੀ ਨਹੀਂ ਗੱਲ ਪਤਾ ਨਹੀਂ ਯਾਰ ਤੁਸੀਂ ਅੰਗਰੇਜ਼ੀ 'ਚ ਉਹ ਲੱਥਾ ਨਾ ਕਰੋ ਪੰਜਾਬੀ ਸ਼ਬਦ ਗੱਲ ਯਾਰ ਮੈਂ ਨਾ ਕਹੀ ਉਹ ਸ਼ਬਦ ਵਰਤੇ ਆ ਜਿਹੜੀ ਮੇਰੀ ਬੇਬੇ ਵਰਤਿਆ ਕਰਦੀ ਤੀ ਅਤੇ ਬੇਬੇ ਦੇ ਸ਼ਬਦ ਵੀ ਕਦੇ ਗਲਤ ਹੋ ਸਕਦੇ ਵਰਤੇ ਹੋਏ ਪਰ ਉਹ ਲਫ਼ਜ਼ ਹੁਣ ਨਾ ਅਸਲ ਮੈਂ ਪੰਜਾਬ ਦੇ ਵਿੱਚ ਪਤਾ ਕਿਆ ਹੋ ਰਿਹਾ ਆਪਣੇ ਹੀ ਲਫ਼ਜ਼ ਇੱਕ ਮਿੰਟ ਖੜ ਜਾ ਮੈਨੂੰ ਬੋਲ ਤਾਂ ਲੈਣ ਦੇ ਨਹੀਂ ਮੈਂ ਤਾਂ ਵੈਸੇ ਐਂ ਹੋਇਆ ਨਹੀਂ ਨਹੀਂ ਘੁੰਡ ਚੁਕਾਈ ਤੇ ਵੀ ਤੁਸੀਂ ਬੋਲੇ ਅੱਜ ਵੀ ਤੁਸੀਂ ਬੋਲ ਰਹੇ ਮੈਂ ਬੋਲਿਆ ਨਹੀਂ ਮੈਂ ਕਹਿੰਦਾ ਵੀ ਆਪਣੇ ਲਫ਼ਜ਼ ਨਾ ਇਤਰਾਜ਼ਯੋਗ ਹੁੰਦੇ ਜਾ ਰਹੇ ਉਰੇ ਉਹ ਲਫ਼ਜ਼ੀ ਹੁਣ ਜੇ ਕੋਈ ਬੋਲਦਾ ਕਹਿੰਦਾ ਵੀ ਇਹ ਬੰਦੇ ਨੂੰ ਯਾਰ ਵੀ ਗਲਤ ਹੈ ਵੀ ਇਹਨੂੰ ਸੈਂਸ ਨਹੀਂ ਹੈਗੀ ਅਤੇ ਜਿਹੜੇ ਲਫ਼ਜ਼ ਮਤਲਬ ਕਿ ਅੰਗਰੇਜ਼ੀ ਕੇ ਸ਼ਬਦ ਕੀ ਆੜ ਕੇ ਵਿੱਚ ਮਾਰੇ ਗਲਮਾਂ ਪਾਏ ਗਏ ਮਾਨੂੰ ਉਹ ਬੋਲਦੇ ਬਹੁਤ ਮਾਣ ਮਹਿਸੂਸ ਹੁੰਦਾ ਇੱਕ ਗੱਲ ਹੈ ਮਨਜੀਤ ਜਿਹੜੇ ਸ਼ਬਦ ਆਪਾਂ ਬੋਲਦੇ ਹਾਂ ਪਹਿਲਾਂ ਬੇਬੇ ਤੈਨੂੰ ਬੋਲਦੀ ਸੀ ਜਾਂ ਘਰ 'ਚ ਕਿਸੇ ਨੂੰ ਬੋਲਦੀ ਸੀ ਬੇਬੇ ਗੁਰਦੁਆਰੇ ਰੇਡੀਓ 'ਚ ਥੋੜ੍ਹੀ ਬੋਲਦੀ ਸੀ ਹੈਨਾ ਪਰ ਆਪਾਂ ਤਾਂ ਜਦੋਂ ਸੁਣਾ ਰਹੇ ਹਾਂ ਸਾਰਿਆਂ ਨੂੰ ਸੁਣਾ ਰਹੇ ਹਾਂ ਕਿਤਾਬ 'ਚ ਵੀ ਸਾਰਿਆਂ ਨੂੰ ਸੁਣਾ ਮੇਰੀ ਬੇਬੇ ਸੁਣ ਲੈ ਪੱਤਰਕਾਰ ਨੇ ਬਹੁਤ ਤਿੱਖਾ ਸਵਾਲ ਕੀਤਾ ਮੇਰੀ ਬੇਬੇ ਨਾ ਫਿਰ ਮੈਂ ਹੁਣ ਤੈਨੂੰ ਕਿਆ ਦੱਸਾਂ ਹੁਣ ਤੂੰ ਅੱਗੇ ਚਲੇ ਗਿਆ ਮੇਰੀ ਬੇਬੇ ਗਿੱਧੇ 'ਚ ਜਿਹੜਾ ਕੁਛ ਬੋਲਦੀ ਸੀ ਉਹ ਵੀ ਸ਼ਰਿਆਮ ਹੀ ਬੋਲਦੀ ਸੀ ਅਤੇ ਬੰਦਾ ਨਹੀਂ ਕੋਈ ਹੁੰਦਾ ਸੀ ਇਹੀ ਤਾਂ ਜਿਹੜਾ ਨਿੱਜ ਹੈ
ਉਹ ਜਿਹੜਾ ਉਹਨਾਂ ਬੀਬੀਆਂ ਦਾ ਆਪਣਾ ਨਿੱਜ ਸੀ ਉਹਦੇ ਚ ਉਹ ਕੁਝ ਵੀ ਕਰਦੀਆਂ ਸੀ ਆਨੰਦ ਸੀ ਮੈਂ ਨਾ ਤੀਵੇਂ ਦੀ ਜਨ ਜਿਹੜਾ ਲੇਖ ਲਿਖਿਆ ਤੁਸੀਂ ਉਹਨਾਂ ਦਾ ਦੇਖੋ ਉਹਨਾਂ ਨੇ ਪਰਦਾ ਰੱਖਿਆ ਤੇ ਤੁਸੀਂ ਇਸ ਕਿਤਾਬ ਚ ਉਹਨਾਂ ਦਾ ਸਾਰਾ ਪਰਦਾ ਚੱਕਤਾ ਤੁਸੀਂ ਇਹ ਵੀ ਦੱਸਿਆ ਵੀ ਜਦੋਂ ਉਹ ਜਨ ਚੜੀ ਤੋਂ ਬਾਅਦ ਕੱਲੀਆਂ ਬਾਚੋ ਘਰੇ ਗਿੱਧਾ ਪਾਉਂਦੀਆਂ ਹੁੰਦੀਆਂ ਸੀ ਤਾਂ ਕਿਹੋ ਜੀਆਂ ਬੋਲੀਆਂ ਤੇ ਇੱਕ ਦੂਜੀ ਨੇ ਕਿਹੋ ਜੀਆਂ ਮਸ਼ਕਰੀਆਂ ਕਰਦੀਆਂ ਹੁੰਦੀਆਂ ਸੀ ਬਹੁਤ ਡਬਲ ਮੀਨਿੰਗ ਗੱਲਾਂ ਲਿਖੀਆਂ ਇਹਨਾਂ ਨੇ ਉਹਦੇ ਚ ਮੈਂ ਸੁਣਾਵਾਂ ਤੁਹਾਨੂੰ ਬਾਤ ਸਵਾਲ ਦਾ ਤਰੇ ਪੱਤਰਕਾਰ ਵਾਲੇ ਆ ਮੇਰੀ ਗੱਲ ਸੁਣ ਉਹ ਖੜ ਜਾ ਇੱਕ ਇੰਨੀ ਗੱਲ ਦੱਸਦਾ ਬਾਹਰਲੇ ਨਹੀਂ ਤਾਂ ਐਂ ਕਹਿਣਗੇ ਵੀ ਇਹਨਾਂ ਦਾ ਆਪਦਾ ਬੰਦਾ ਇਹਨਾਂ ਨੇ ਲੇਲੇ ਪੇਪੇ ਕਰਕੇ ਬਸ ਇਹਦੀ ਕਿਤਾਬ ਦੀ ਮਸ਼ਹੂਰੀ ਕਰਨੀ ਹੈ ਦਰਅਸਲ ਅਸੀਂ ਜਿਹੜੇ ਹੈਗੇ ਨਾ ਨਿਰਪੱਖ ਚੀਰਫਾੜ ਨਾਲੇ ਐਕ ਤੇ ਥੰਬਨੇਲ ਵੀ ਆਪਾਂ ਹੀ ਲਿਖਣਾ ਵੀ ਵੀ ਸੋਸ਼ਲ ਤੇ ਤਿੰਨ ਪੱਤਰਕਾਰਾਂ ਨੇ ਕੀਤੀ ਮਨਜੀਤ ਸਿੰਘ ਰਾਜਪੁਰੀ ਦੀ ਚਿੱਬ ਕੱਢ ਇੰਟਰਵਿਊ ਹਾਂ ਉਹ ਤਾਂ ਹੀ ਲੋਕ ਤਾਂ ਹੀ ਲੋਕ ਦੇਖਦੇ ਆ ਦੇਖੋ ਵੀ ਤਾਂ ਹੀ ਦੇਖਦੇ ਆ ਵੀ ਇੰਟਰਵਿਊ ਚ ਕੁੱਤੇ ਭਜਾਏ ਗਏ ਐ ਵੀ ਲਿਖਦੇ ਨਾ ਇੰਟਰਵਿਊ ਚ ਬੰਦੇ ਤੇ ਕੁੱਤੇ ਭਜਾਏ ਨਹੀਂ ਯਾਰ ਮੇਰੀ ਸੁਣ ਗੱਲ ਅੱਗੇ ਸੁਣ ਯਾਰ ਉਹ ਜਿਹੜਾ ਤੀਵੀਆਂ ਦੀ ਜਨ ਮੈਂ ਲੇਖ ਲਿਖਿਆ ਨਾ ਮਤਲਬ ਕਿ ਜਦ ਮੈਂ ਛੋਟਾ ਜਿਹਾ ਹੁੰਦਾ ਤਾ ਤਾਂ ਪਿੰਡ ਦੇ ਵਿੱਚ ਹੀ ਰਹੇ ਕਰਦੇ ਤੇ ਹੈ ਨੀ ਅਤੇ ਉਹ ਸਾਰਾ ਕੁਛ ਮੈਂ ਦੇਖਿਆ ਸੁਣਿਆ ਜਿਹਨੂੰ ਅੱਜ ਕੱਲ੍ਹ ਉਹ ਕਿਹਾ ਜਾ ਰਿਹਾ ਸਾਰਾ ਕੁਛ ਹੀ ਅਤੇ ਮੈਂ ਯਾਰ ਉਹ ਮੈਂ ਇਹ ਗੱਲ ਕਰੀ ਉਸਕੇ ਵਿੱਚ ਵੀ ਉਹ ਕਰਨ ਤੋਂ ਬਾਅਦ ਵੀ ਉਹ ਤਾਂ ਹੋ ਗਿਆ ਹੁਣ ਗਲਤ ਇਤਰਾਜ਼ ਸਾਰਾ ਕੁਛ ਉਹ ਕਰਿਆ ਉਹਨੇ ਬੰਦਿਆਂ ਦੀ ਗੈਰ ਕਿਉਂਕਿ ਉਹ ਹੁੰਦਾ ਨਹੀਂ ਇਸ ਕਰਕੇ ਮੈਨੂੰ ਲਿਖਣਾ ਪਿਆ ਵੀ ਬੰਦਿਆਂ ਦੀ ਗੈਰ ਹੈ ਕਿਆ ਹੁੰਦਾ ਉਹ ਤੋਂ ਬਾਅਦ ਜੋ ਹੁਣ ਹੋ ਰਿਹਾ ਇੱਕ ਸ਼ਬਦ ਆ ਗਿਆ ਫਿਰ ਉਹ ਆਪਣੇ ਆਮ ਸ਼ਬਦ ਹੈ ਨਾ ਪ੍ਰੀ ਵੈਡਿੰਗ ਹੈ ਨੀ ਸ਼ਬਦ ਆ ਗਿਆ ਅਤੇ ਮਤਲਬ ਵਿਆਹ ਤੋਂ ਪਹਿਲਾਂ ਵਿਆਹ ਹੋ ਗਿਆ ਹੈ ਨੀ ਬਿਲਕੁਲ ਉਹਨੂੰ ਤੁਸੀਂ ਮਾਨਤਾ ਦਿੱਤੀ ਕਿ ਅੰਗਰੇਜ਼ੀ ਦਾ ਸ਼ਬਦ ਲਾਤਾ ਵੀ ਪ੍ਰੀ ਵੈਡਿੰਗ ਹੈ ਇਹ ਮੈਂ ਤੈਨੂੰ ਗੱਲ ਦੱਸਾਂ ਮੈਂ ਪਿੰਡ 'ਚ ਬੈਠਾ ਕਿਤੇ ਕਿਸੇ ਦੇ ਪਿੰਡ ਦਾ ਨਾਂ ਦਾ ਕਹਿ ਲੈਣਾ ਅੱਜ ਕੱਲ੍ਹ ਚੱਕਰ ਪੈ ਜਾ ਉੱਥੇ ਨਾ ਮੈਂ ਕਿਸੇ ਬੰਦੇ ਦੇ ਪਾਸ ਬੈਠਿਆ ਉੱਥੇ ਇੱਕ ਮੁੰਡਾ ਆਇਆ 14-15 ਸਾਲ ਦਾ ਅਤੇ ਉਹ ਕਹਿੰਦਾ ਵੀ ਉਹ ਫੁਲਕਾਰੀ ਪਤਾ ਨਹੀਂ ਕਿਆ ਉਹਨਾਂ ਦੇ ਘਰਾਂ ਫੁਲਕਾਰੀ ਦੀ ਸ਼ਾਇਦ ਉਹ ਕਹਿੰਦਾ ਫਿਰ ਫੁਲਕਾਰੀ ਲੈਣੀ ਹੈ ਜੀ ਉਹ ਕਹਿੰਦਾ ਵੀ ਕਿਆ ਕਰਨੀ ਹੈ ਉਹ ਕਹਿੰਦਾ ਵੀ ਮੇਰੀ ਭੈਣ ਦੀ ਪ੍ਰੀ ਵੈਡਿੰਗ ਹੈ ਉਹਨੇ ਇਹ ਸ਼ਬਦ ਉਹਨੇ ਆਮ ਬੋਲਿਆ ਅਤੇ ਮਤਲਬ ਸੁਣਨ ਵਾਲੇ ਨੂੰ ਕੋਈ ਮੁੱਦਾ ਨਹੀਂ ਸੀ ਆਮ ਲੱਗਿਆ ਪਰ ਜਦੋਂ ਮੈਂ ਸੁਣਿਆ ਤਾਂ ਮੈਨੂੰ ਲੱਗਿਆ ਵੀ ਯਾਰ ਇਹਨੇ ਕਿਆ ਗੱਲ ਕਹੀ ਹੈ ਵੀ ਵਿਆਹ ਤੋਂ ਪਹਿਲਾਂ ਇਹੀ ਮਤਲਬ ਹੈ ਪ੍ਰੀ ਨਰਸਰੀ ਸਕੂਲ ਤੋਂ ਪਹਿਲਾਂ ਨਰਸਰੀ ਤੋਂ ਪਹਿਲਾਂ ਨਰਸਰੀ ਸਕੂਲ ਹੈ ਨਹੀਂ ਅਸਲ 'ਚ ਉਹਨਾਂ ਨੇ ਅੱਧਾ ਸ਼ਬਦ ਬੋਲਿਆ ਪ੍ਰੀ ਵੈਡਿੰਗ ਸ਼ੂਟ ਹੁੰਦਾ ਆ ਉਹੀ ਨਹੀਂ ਉਹ ਸ਼ੂਟ ਨਹੀਂ ਬੋਲਿਆ ਉਹਨੇ ਤਾਂ ਇਕੱਲਾ ਸ਼ਬਦ ਹੀ ਬੋਲਿਆ ਸ਼ੂਟ ਵਾਲਾ ਤਾਂ ਕਾਟਾ ਹੀ ਮਾਰਤਾ ਸ਼ੂਟ ਵਾਲਾ ਤਾਂ ਸ਼ਬਦ ਹੀ ਮੁੱਕ ਗਿਆ ਉਹ ਐਂ ਥੋੜ੍ਹੀ ਕਹਿੰਦਾ ਪ੍ਰੀ ਵੈਡਿੰਗ ਸ਼ੂਟ ਕਹਿੰਦਾ ਪ੍ਰੀ ਵੈਡਿੰਗ ਹੋ ਰਹੀ ਹੈ ਅਤੇ ਉਹ ਸ਼ਬਦ ਜਿਹੜੇ ਮਤਲਬ ਕਿ ਹਮੇ ਕਦੇ ਸੋਚੇ ਨਹੀਂ ਅਤੇ ਉਹ ਇੱਕ ਅੰਗਰੇਜ਼ੀ ਕੇ ਸ਼ਬਦਾਂ ਦੇ ਵਿੱਚ ਲਾ ਕੇ ਮਾਨੂੰ ਮਤਲਬ ਕਿ ਉਹ ਸ਼ਬਦ ਸਿਖਾ ਦਾ ਪੈਦਾ ਕੀਤੇ ਮੀਡੀਆ ਜਿਹੜਾ ਵੀ ਸਾਰਾ ਕੁਛ ਕਰ ਰਿਹਾ ਅਤੇ ਉਹ ਲਫ਼ਜ਼ ਜਿਹੜੇ ਮਾਰੀ ਬੇਬੇ ਬੋਲੇ ਕਰਦੀ ਤੀ ਜਾਂ ਉਹ ਪਿੰਡ ਕੇ ਬੰਦੇ ਗੈਰ ਹਾਜ਼ਰੀ ਮੈਂ ਜੋ ਵੀ ਉਹ ਬੋਲਦੇ ਨੇ ਬੋਲੀਆਂ ਪਾਉਂਦੇ ਦੀ ਉਹ ਸਾਰਾ ਕੁਛ ਹੁਣ ਮਤਲਬ ਕਿ ਕਹਿੰਦੇ ਵੀ ਇਹ ਗਲਤ ਹੈ ਅਤੇ ਇਹ ਸਾਡੇ ਮਤਲਬ ਕਿ ਹੋਣਾ ਨਹੀਂ ਚਾਹੀਦਾ ਇਹ ਹੋਣਾ ਚਾਹੀਦਾ ਜਿਹੜਾ ਹੁਣ ਮੀਡੀਆ ਜਾਂ ਸਾਰਾ ਕੁਛ ਦਿਖਾਇਆ ਜਾ ਰਿਹਾ ਮੈਂ ਤੈਨੂੰ ਥੋੜ੍ਹੀ ਜਿਹੀ ਗੱਲ ਸੁਣਾਵਾਂ ਕਿ ਹੁਣ ਆਪਣੇ ਜਿਵੇਂ ਸਾਡਾ ਪ੍ਰੋਗਰਾਮ ਹੁੰਦਾ ਗੱਲ 'ਤੇ ਗੱਲ ਉਹਦੇ ਵਿੱਚ ਮੈਂ ਬਹੁਤ ਵਾਰ ਸ਼ਬਦ ਮਤਲਬ ਕਿ ਯਾਰ ਸਾਡੇ ਆਪਣੇ ਸ਼ਬਦ ਕਿਸ ਤਰ੍ਹਾਂ ਉੱਪਰੇ ਹੋ ਰਹੇ ਹੈ ਅਤੇ ਦੂਸਰੇ ਸ਼ਬਦ ਕਿਸ ਤਰ੍ਹਾਂ ਪ੍ਰਮਾਣ ਹੋ ਰਹੇ ਹੈ ਅਤੇ ਬਹੁਤ ਸਾਰਿਆਂ ਨੇ ਲਿਖਿਆ ਕਈ ਬੀਬੀਆਂ ਟਿੱਪਣੀਆਂ ਕਰਦੀਆਂ ਕਿ ਦੀਦੀ ਦੀ ਉਹ ਦੀਦੀ ਵੀ ਨਹੀਂ ਕਹਿੰਦੀਆਂ ਦੀ ਤੁਹਾਡਾ ਪ੍ਰੋਗਰਾਮ ਦੀ ਯਾਰ ਦੇਖ ਕਮਾਲ ਤੂੰ ਆਪਣੇ ਸਾਹਮਣੇ ਹੁਣ ਆਪਣੇ ਸ਼ਬਦ ਹੈ ਜਿਹੜੇ ਭੈਣ ਸ਼ਬਦ ਆਪਣੀ ਪੀੜ੍ਹੀ ਮਾਂ ਅਗਲੀ ਮੈਂ ਗਿਆ ਹੀ ਨਹੀਂ ਖਤਮ ਹੋ ਗਿਆ ਕੋਈ ਕੌਮ ਇੱਕ ਦਿਨ ਵੀ ਥੋੜ੍ਹੀ ਮਰ ਜਾਂਦੀ ਹੈ ਸ਼ਬਦ ਮਰਨ ਲੱਗ ਜਾਂਦੇ ਹੈ ਮਤਲਬ ਕਿ ਨਾ ਕਿਸੇ ਕਿਲੇ ਕੇ ਕਹਿੰਦੇ ਬੁਰਜ ਗਿਰਨ ਲੱਗ ਜਾਂ ਹੁਣ ਭੈਣ ਸ਼ਬਦ ਗਾਇਬ ਹੋ ਗਿਆ ਤਾਂ ਭੈਣ ਵਾਲੇ ਗੀਤ ਇੱਕ ਨਾ ਭੈਣ ਭਾਈ ਦਾ ਗਾਉਣ ਵਾਲਿਆਂ ਨੇ ਯਾਰ ਬਹੁਤ ਪਤਾ ਨਹੀਂ ਕਿਹੜੇ ਦੇ ਮੈਨੂੰ ਯਾਦ ਨਹੀਂ ਉਹਨੇ ਗੀਤ ਗਾਇਆ ਵੀ ਮੈਂ ਸਹੁਰੇ ਜਾਣਾ ਭੈਣ ਨੂੰ ਛੱਡ ਕੇ ਆਉਣਾ ਭੈਣ ਭਾਈ ਦੋ ਗੱਲਾਂ ਗੀਤ ਕੇ ਵਿੱਚ ਬਹੁਤ ਮਸ਼ਹੂਰ ਗੀਤ ਹੈ ਸੋ ਉਹ ਚੀਜ਼ ਮਰ ਗਈ ਹੈ ਅਤੇ ਉਹ ਸ਼ਬਦ ਵੀ ਮਰ ਗਏ ਹੈ ਅਤੇ ਜਿਹੜੇ ਮਾਰੇ ਆਪਣੇ ਸ਼ਬਦ 'ਤੇ ਜਿਹੜੇ ਮੈਂ ਕਿਤਾਬਾਂ ਮਤਲਬ ਦਰਜ ਕਰੇ ਹੈ ਉਹ ਸ਼ਬਦ ਹੁਣ ਉੱਪਰੇ ਇਤਰਾਜ਼ ਹੋ ਗਏ ਪੰਜਾਬ ਦੇ ਵਿੱਚ ਆਪਣੀ ਧਰਤੀ ਦੇ ਉੱਪਰ ਹੀ ਸੋ ਇਹ ਸਾਰਾ ਕੁਛ ਤੁਹਾਨੂੰ ਜੋ ਮਰਜ਼ੀ ਕਹਿ ਸਕਾਂ ਬੜੇ ਸਿਆਣੇ ਪੱਤਰਕਾਰ ਹੈ ਤੁਹਾਨੂੰ ਨਹੀਂ ਇਹ ਗੱਲ ਤਾਂ ਹੈਗੀ ਆ ਜਿਵੇਂ ਹੁਣ ਕਈ ਵਾਰੀ ਆਪਾਂ ਨਿਆਣਿਆਂ ਨੂੰ ਕਹਿੰਦੇ ਸੁਣ ਲੈਂਦੇ ਹਾਂ ਹੈ ਨਾ ਅੱਜ ਤੋਂ 2 ਪੀੜ੍ਹੀਆਂ ਬਾਅਦ ਉਸ ਸ਼ਬਦ 'ਤੇ ਮੋਹਰ ਲੱਗ ਜਾਣੀ ਜਿਵੇਂ ਤਾਇਆ ਤਾਊ ਹੋ ਗਿਆ ਚਾਚਾ ਚਾਚਾ ਹੋ ਗਿਆ ਮਾਮਾ ਮਾਮੂ ਹੋ ਗਿਆ ਮੇਰੀ ਭਤੀਜੀ ਦੀਦੀ ਤਾਂ ਮਤਲਬ ਹੁਣ ਥੋੜਾ ਜਿਹਾ 올ਡ ਫੈਸ਼ਨ ਹੋ ਗਿਆ ਹੁਣ ਦੀਦੂ ਕਹਿੰਦੇ ਨੇ ਨਹੀਂ ਮੈਂ ਤਾਂ ਦੇਖੋ ਲੈਂਕੜ ਹਰੇਕ ਵਿੱਚ ਲੱਗਦਾ ਚਾਚੀ ਪਿੱਛੇ ਵੀ ਲੱਗਦਾ ਮਾਮਾ ਮੈਂ ਇਸ ਪਿੱਛੇ ਤੁਹਾਨੂੰ ਦੱਸਦਾ ਯਾਰ ਕਦੇ ਕਦੇ ਨਾ ਮੈਂ ਵੈਸੇ ਪਤਾ ਨਹੀਂ ਮੈਨੂੰ ਲੱਗਦਾ ਮੈਂ ਪਾਗਲੇ ਹੋ ਗਿਆ ਤਾਊ ਨਹੀਂ ਸੁਣਾਵਾ ਤੈਨੂੰ ਸੁਣਾਵਾ ਮੇਰੀ ਭਤੀਜੀ ਹੈ ਛੋਟੀ ਜੀ ਅਤੇ ਭਤੀਜਾ ਵੀ ਤਾਂ ਮੇਰਾ ਬੋਲਦਾ ਨਹੀਂ ਵਿਚਾਰਾ ਜੀ ਛੋਟਾ ਹੈ ਉਹ ਮੈਨੂੰ ਤਾਇਆ ਕਹਾ ਔਰ ਮੇਰੀ ਬਹੂ ਨੂੰ ਤਾਈ ਕਹਾ ਯਾਰ ਬੜਾ ਮਤਲਬ ਜਦੋਂ ਮੈਨੂੰ ਤਾਇਆ ਕਹਾ ਨਾ ਮਤਲਬ ਮੇਰੇ ਧਰਮ 'ਤੇ ਯਾਰ ਤੁਹਾਨੂੰ ਜੋ ਮਰਜ਼ੀ ਕਹੋ ਮੇਰੇ ਨਾ ਰੋਮ ਰੋਮ ਕੇ ਵਿੱਚ ਤਾਂ ਤਰੰਗਾਂ ਉੱਠਦੀਆਂ ਵੀ ਯਾਰ ਮੈਂ ਨਾ ਇਹਦਾ ਤਾਇਆ ਅਤੇ ਪਿੰਡਾਂ ਦੇ ਵਿੱਚ ਹੁਣ ਇੱਕ ਲਹਿਰ ਚੱਲ ਰਹੀ ਹੈ ਉਹ ਕਹਿੰਦੇ ਸ਼ਹਿਰ ਵਾਲਿਆਂ ਨੂੰ ਵੀ ਕੱਟਣਾ ਹੈ ਮੇਰੀ ਮਾਸੀ ਆਈ ਵੀ ਮਾਸੀ ਚਾਹੇ ਮਾਸੀ ਸੁਣ ਵੀ ਰਹੀ ਉਹ ਹੈ
मैं उन्होंने आवाज़ मारी अपनी भतीजी भी उड़िया उन्हें सुनी नहीं तो मेरी मासी कह रही भी उदा जप है कहना जप भी तेरा ताऊ बुला रहा मैं क्या ताऊ मैं क्या मासी क्या कह रही है तू कहते यही कहा अजकल तो अजकल ताया मैं इसका यार देख तू अपने शब्द तो मैंने फिर वो जसदीप सिंह मैं सुनेहा तेन सुना रहा था याद आ जाती असल च कहानी क्या है यार जब न्याणा पहले दिन स्कूल गया तो पहले दिन उसनू 3.5 साल का न्याणा स्कूल गया तो भैन जी जी अज मैडम है भैन जी पहला तो यह भी होता था गुरदीप जो पढ़े करते थे तो जो शिकायत लानी भैन जी का वह नाम बन गया था भैन जी जी भैन जी जी है जी मैं जी कुट रहा जी भैन जी जी भैन जी जी इन्हें जी मेरे पिछे से मुक्का मरिया भैन जी जी यार कमाल था तो वह शब्द था तो वह मैडम बन गई है तो मैडम सवेरे बच्चा 3.5 साल का गया इतने बेचारा तो उन्हें ओपन योर बुक्स एंड दिस इज ए न्याणा सदमे च कहता ये की है सची तो मैं कल्पना करके देखो भी फ्रांस के बच्चे आप फ्रांस पंजाब के कब्जे के बच्चे है नी तो न्याणा स्कूल में गया तो मैडम भैन जी जी अपने वाली पढ़ा रही है पंजाब वाली है नी भी पगल अपने गलां बनाया फिर कहता बोलो ऊड़ा मेरे को किन्ने अंग्रेज आए थोड़ा पता कॉल सर्फिंग के मैं उन्होंने कईयों ने कहा भी यार ऊड़ा बोली 40-40 साल के इन्ने वो बंदे बोल ही नहीं सकते है ही नहीं तू नहीं वो कहना बगैर ऊड़ा है कह उड़ा एक छोटा जा न्याणा ऊड़ा किमें बोलेगा फ्रांस वाला तो उल्ट पासे देख के ना फिर अपने न्याणे उ शब्द गए उ जसदीप जिहड़ा भागू पिंड है बठिंडे को बई मेरी बात होंगी रहा उन्हें यार बहुत कमाल तो वह बंद ने कहता भी कॉन्वेंट में पढ़िया तो जो आप स्कूल का नौकर सारे स्कूलों का यही हाल है तो स्कूल कहना जुर्माना हों 100 रुपये कटाई भी होंगी थी पंजाबी बोलन करके कहना भी फिर वो कनेडा चले गया वैनकूवर अजकल कहना बई उरे आके मैं पता लग्या भी यार असी कौन है कहा उरे मैं किताबा पढ़िया इतिहास पढ़िया कहना मेरा दिमाग खराब हो गया भी मारे गल एड्डी बड़ी ठगी मारी फिर जिस दिन कहना मैं डिग्री लैन गया चादरा ला के कुर्ता पा के तो शायद गुरु अपने रुपिंदर रुपिंदर ने दसिया था भी इन्हें फेसबुक पर देखा भी उन्हू गंदे भी टिप्पणियां कर रहे थे भी तू उत्थे गंद पा रहे बंदे का अपने का हाल हो गया वो पेंडू कनेडियन है जिहड़ा तो उत्थे जाके उन्हें चा कुर्ता पजामा पाया कहता मैंने अपने बंदे कहा कहता यार तू कनेडा आ भी साड़ा जलूस कट रहा कहता यार अपने कपड़े पाई फिर रहा तो कनेडा अंग्रेजा का है ही नहीं कनेडा अंग्रेजा थोड़ी है कब्जा है आस्ट्रेलिया भी अंग्रेजा की कब्जा है मूल वासी तो हो रहा है मूल वासियों नशे से ला के उन्होंने बोली खत्म करके गुलाम बना ले उन्होंने मुक्त है सारा कुछ नशा मुक्त घर मिलेगा बसा चो चढ़ जाने पास है कहते उन्होंने मतलब कि उन्होंने खत्म कर गया तो पंजाब में हूँ यही सारा कुछ हो रहा अपन बोली जी अपनी गल कह मेरी धौन दुख लग गई सवाल करो यार मैं ना कुछ महेंद्र वेख दे वेख दे तां तो मैं क्या भी मेनू ए लग नहीं रिया भी ए साहित्यकार दे इंटरव्यू साहित्यकार नहीं हैगे आपा हां आपा तां मात्र पाई है नहीं है क्योंकि इन्होंने किताब दा मुख बंद नहीं लिखवाया है ओए सुनो मेरे आपा साहित्यकार नहीं आपा तां मात्र पाई है मैं थाने ना कोई चार लफ जेड़े रूह वाले मन्नू चंगे लगा नहीं नहीं पहला मेरे सवाल दा तुसी जवाब दो पहला तुसी ए तां सबने पाड़ी लेने इन्हें किसी होर ते पता क्यों नहीं मुख बंद लिखवाया कहंदे उन्होंने ने एदा मुख बंद कर देना नहीं नहीं ਤੁਸੀਂ ਮੇਰੇ ਦੋਕ ਬਹੁਤ ਸੰਜੀਦਾ ਸਵਾਲ ਨੇ ਮੈਂ ਸੀਰੀਅਸ ਕਹੀ ਤਾਂ ਇਹਨੇ ਗੁੱਸਾ ਕਰ ਜਾਣਾ ਨਹੀਂ ਕੋਈ ਗੱਲ ਨਹੀਂ ਤੁਸੀਂ ਆਰਾਮ ਨਾਲ ਸਵਾਲ ਕਰ ਸਕਦੇ ਹੋ ਜੀ ਮੇਰਾ ਸੱਚੀ ਸਭ ਤੋਂ ਪਹਿਲਾਂ ਇੱਕ ਬਹੁਤ ਜ਼ਰੂਰੀ ਸਵਾਲ ਇਹ ਆ ਵੀ ਤੁਸੀਂ ਨਾ ਕਿਤਾਬ 'ਚ ਤੀਵੀਆਂ 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 ਹਰੇਕ ਮਸਲਾ ਘਰ 'ਚ ਵਿਗੜਦਾ ਉਹ ਵੀ ਤੀਵੀਂ 'ਤੇ ਹੈ ਨਾ ਚਲੋ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਪਰ ਮੈਨੂੰ ਐਂ ਲੱਗਦਾ ਵੀ ਲੇਖਕ ਜਿਹੜੇ ਬੰਦੇ ਨੇ ਉਹ ਜ਼ਿਆਦਾ ਤੀਵੀਆਂ ਤੀਵੀਆਂ ਕਰਦੇ ਰਹਿੰਦੇ ਤੀਵੀਆਂ ਲੇਖਕਾਂ ਵਾਂ ਬੰਦਿਆਂ ਬੰਦਿਆਂ 'ਤੇ ਲਿਖੀਆਂ ਮਤਲਬ ਤੁਹਾਨੂੰ ਆਪਸ ਵਿੱਚ ਹੋਰ ਲਿਖਣ ਲਈ ਵਿਸ਼ੇ ਨਹੀਂ ਹੈਗੇ ਆਹ ਸੁਣੋ ਇੱਕ ਮਿੰਟ ਇਹਦਾ ਜਵਾਬ ਸੁਣੋ ਇਹ ਵਾਕਈ ਬਹੁਤ ਸੰਜੀਦਾ ਸਵਾਲ ਸੀ ਨਾ ਸੰਜੀਦਾ ਸਵਾਲ ਦਾ ਜਵਾਬ ਸੁਣੋ ਦੋ ਮਹੱਤਵਪੂਰਨ ਲੇਖ ਤੀਵੀਆਂ ਦੀ ਜਨ ਅਤੇ ਤੀਵੀਆਂ ਦੇ ਭਗਤ ਹਾਂ ਉਹ ਤੀਵੀਆਂ ਦੇ ਭਗਤ ਵੀ ਹੈਗਾ ਸੁਣੋ ਜੀ ਮੈਂ ਅਗਲਾ ਵੀ ਸੀਰੀਅਸ ਅਗਲਾ ਵੀ ਸੁਣੋ ਜਿਹੜਾ ਸਵਾਲ ਹੈ ਉਹ ਸਾਰੇ ਸਵਾਲਾਂ ਦਾ ਜਵਾਬ ਇੱਕੋ ਜਵਾਬ ਦੇ ਰਿਹਾ ਮੈਂ ਜਿੰਨੇ ਵੀ ਸਵਾਲ ਹੋਣਗੇ ਨਾ ਅੱਗੇ ਨੂੰ ਕਹਿੰਦਾ ਇਸ ਕਿਤਾਬ 'ਚ ਮੈਂ ਆਪਣੇ ਵਿਚਾਰ ਲਿਖੇ ਨੇ ਹੋ ਸਕਦਾ ਤੁਹਾਨੂੰ ਇਹ ਚੰਗੇ ਨਾ ਲੱਗਣ ਤੁਹਾਡੇ ਵਿਚਾਰ ਮੇਰੇ ਤੋਂ ਉਲਟ ਹੋ ਸਕਦੇ ਨੇ ਮੈਂ ਆਪਣੇ ਵਿਚਾਰਾਂ ਦੇ ਆਖਰੀ ਸੱਚ ਹੋਣ ਦਾ ਕੋਈ ਦਾਅਵਾ ਨਹੀਂ ਕਰਦਾ ਨਹੀਂ ਮੇਰਾ ਕਹਿਣ ਦਾ ਮਤਲਬ ਇਹਦਾ ਪੱਲਾ ਛਡਾਉਣ ਵਾਲੀ ਗੱਲ ਹੈ ਹਾਂ ਵੀ ਤੁਸੀਂ ਸਿਰਫ ਇਹੀ ਕਿਉਂ ਨਹੀਂ ਤੁਹਾਡੇ ਸ਼ੇਖਰ ਯਾਰ ਇਹ ਤਾਂ ਵੱਡਾ ਜਵਾਬ ਹੈ ਕੋਈ ਨਾ ਕੋਈ ਪੱਤਰਕਾਰ ਸਵਾਲ ਕਰ ਸਕਦਾ ਆੜ ਹੀ ਨਹੀਂ ਬਣੇ ਤੇਰੇ ਵਾਸਤੇ ਕੋਈ ਇਸ ਨਾਮ ਤੇ ਕੋਈ ਆੜ ਨਹੀਂ ਨਹੀਂ ਸਵਾਲ ਕਰ ਸਕਦਾ ਪੱਤਰਕਾਰ ਗੱਲ ਹੀ ਕਦਮ ਯਾਰ
ਬਹੁਤ ਸਾਰੇ ਜਿਹੜੇ ਮੇਲ ਲੇਖਕ ਨੇ ਉਹਨਾਂ ਨੂੰ ਤਾਂ ਇਹ ਵੀ ਇਤਰਾਜ਼ ਆ, ਕਹਿੰਦੇ ਵੀ ਜਦੋਂ ਔਰਤਾਂ ਕਿਤਾਬ ਲਿਖਦੀਆਂ ਨੇ ਉਹ ਜ਼ਿਆਦਾ ਵਿਕ ਜਾਂਦੀ ਆ, ਬੰਦਿਆਂ ਦੀਆਂ ਕਿਤਾਬਾਂ ਨੂੰ ਕੋਈ ਪੁੱਛਦਾ ਨਹੀਂ, ਐਂ ਕਿੱਥੋਂ ਲੱਗਦਾ ਹੁੰਦਾ ਤੁਹਾਨੂੰ? ਆਹ ਵੀ ਸੁਣੋ ਲੈ, ਇੱਕ ਬਾਈ ਹੈ ਹਰਜਿੰਦਰ ਸਿੰਘ ਬਲਵਾਈਏ, ਮੈਂ ਉਸਕੋ ਨੌ ਕਰਿਆ ਵਾ, ਉਹ ਉੱਧਰ ਨੌਕਰੀ ਕਰਾ ਉਹਰੇ ਮਾਰੇ ਇਲਾਕੇ ਮਾ, ਅਤੇ ਉਹ ਹੈ ਤੇਰੇ ਉੱਧਰ ਕਾ, ਤੈਨੂੰ ਨਹੀਂ ਮਿਲਿਆ ਤਾ ਉੱਥੇ ਜਿਹੜਾ ਰਿਕਾਰਡ ਕਰ ਰਿਹਾ ਤਾ? ਕਹਿੰਦਾ ਯੂਨੀਵਰਸਿਟੀ ਮੈਂ ਜਦ ਵੀ ਨਾ ਕੋਈ ਕਵੀ ਦਰਬਾਰ ਹੁੰਦਾ, ਕੋਈ ਬੀਬੀ ਕਵੀ ਵਾਲੀ ਕਵਿੱਤਰੀ ਕੋਈ ਵੀ ਆਈ ਹੁੰਦੀ ਬੀਬੀ, ਹੈ ਨਹੀਂ, ਉਹ ਬੈਠੀ ਹੈ, ਕਹਿੰਦਾ ਉਹ ਜਿਹੜਾ ਪੜ੍ਹਨ ਵਾਲਾ ਹੋਏਗਾ ਉਹ ਕਹਿੰਦਾ ਹੁਣ ਇਹੋ ਜਿਹਾ ਬਾਈ ਹੁੰਦਾ ਟਿੱਬੇ ਸਿੱਧੂ ਵਰਗਾ ਕੋਈ, ਉਹਨੂੰ ਕਦੇ ਨਹੀਂ ਕਹੇਗਾ ਵੀ ਟਿੱਬਾ ਜੀ ਆਹ ਸ਼ੇਰ ਗੌਰ ਕਰੇ ਨਾ, ਫਲਾਣੀ ਜੀ ਆਹ ਇੱਕ ਮਿੰਟ ਸ਼ੇਰ, ਆਹ ਦੇਖੋ ਆਹ ਇੱਕ ਮਿੰਟ ਜੀ, ਕਹਿੰਦਾ ਯਾਰ ਅਸੀਂ ਕਿਹਾ ਵੀ 40 ਬੰਦੇ ਬੈਠੇ ਹਾਂ ਅਸੀਂ, ਉਹ ਇਕੱਲੀ ਗੌਰ ਕਰੇ, ਇਕੱਲੀ ਉਹ ਗੌਰ ਕਰਾਈ ਹੈ ਨਾ ਸਾਨੂੰ, ਕਹਿੰਦਾ ਸਾਡੇ ਤੋਂ ਵੀ ਗੌਰ ਕਰਾ ਲਿਆ ਕੁਛ, ਉਹਨੂੰ ਕਹੀ ਜਾ ਰਿਹਾ ਕਹਿੰਦਾ ਗੌਰ ਕਰੋ, ਕਹਿੰਦਾ ਯਾਰ ਹੱਦ ਹੈ ਯਾਰ, ਕੀ ਪਤਾ ਅਗਲੇ ਨੂੰ ਇਕੱਲੀ ਸਿਆਣੀ ਲੱਗੀ ਹੋਵੇ, ਨਹੀਂ ਕਸੂਰ ਕੋਈ ਨੀ, ਦਰਅਸਲ ਉੱਥੇ ਇਹ ਵੀ ਗਿਆ ਸੀਗਾ ਤੇ ਜਿੰਨਿਆਂ ਨੇ ਕਵਿਤਾਵਾਂ ਬੋਲੀਆਂ ਕਿਸੇ ਨੇ ਇਹ ਨੀ ਕਿਹਾ ਮਨੀਤ ਸਿੰਘ ਗੌਰ ਕਰੋ, ਸਹੀ ਗੱਲ ਹੈ। ਨਹੀਂ ਤੁਸੀਂ ਫਿਰ ਮੁੱਖ ਬੰਦ ਕਿਉਂ ਨਹੀਂ ਲਿਖਵਾਇਆ ਕਿਤਾਬ ਦਾ, ਚੌਥੀ ਕਿਤਾਬ ਆ, ਬਹੁਤ ਵੱਡੀ ਗੱਲ ਆ। ਦੇਖੋ ਮੈਂ ਗੱਲ ਕਰਦਾ, ਅੱਜ ਕੱਲ੍ਹ ਇੱਕ ਹੋਰ ਵੀ ਚੱਲਦਾ ਧੰਦਾ ਚੱਲ ਰਿਹਾ ਇੱਕ ਬਹੁਤ ਵਧੀਆ ਵੀ ਇਨਾਮ ਲਏ ਜਾਵੇ, ਸ਼੍ਰੋਮਣੀ ਸਾਹਿਤਕਾਰ ਫਲਾਣਾ ਇਨਾਮ, ਇਨਾਮ ਸਮੇਂ ਦੀ ਸਰਕਾਰ ਵੱਲੋਂ ਚੋਗਾ ਹੁੰਦਾ, ਬਹੁਤ ਕਮਾਲ ਹੈ। ਆਪਣੇ ਅਜਮੇਰ ਸਿੰਘ ਨੇ ਜਿਹੜੀ ਨਾ ਕਰਤਾਰ ਸਿੰਘ ਸਰਾਭੇ ਦੀ ਜੀਵਨੀ ਲਿਖੀ, ਉਹਦੇ ਮਾਂ ਜਦ ਸ਼ਾਹ ਬਹਾਦਰ ਬੜੇ ਹੁੰਦੇ ਤੇ ਟੈਗੋਰ ਨੂੰ ਵੀ ਨਾਮ ਮਿਲਿਆ, ਉਹਦਾ ਮਤਲਬ ਹੁੰਦਾ ਤਾ ਵੀ ਇਹ ਬੰਦੇ ਹੁਣ ਨਾ ਬੋਲਣ ਨਾ ਬਸ, ਵੀ ਭਾਈ ਨਾਮ ਦੇ ਤਾ ਤੈਨੂੰ ਹੁਣ ਤੂੰ ਕਾਹਦਾ ਬੋਲਣਾ। ਮਿੱਤਰ ਸੈਨ ਮੀਤ ਜਿਹਨਾਂ ਨੇ ਕਟਹਿਰਾ ਤਫਤੀਸ਼ ਬਹੁਤ ਨਾਵਲਕਾਰ ਹੈ ਮਸ਼ਹੂਰ, ਉਹਨਾਂ ਨੇ ਅੱਜ ਕੱਲ੍ਹ ਮੁਹਿੰਮ ਚਲਾਈ, ਉਹਨਾਂ ਦਾ ਯਾਰ ਮਤਲਬ ਕਿ ਉਹ ਘੜੇ ਤੋਂ ਕੌਲਾਂ ਹੀ ਚੱਕ ਕੇ ਦਿਖਾਦਾ ਇਨਾਮ ਵਾਲੇ ਤੋਂ ਵੀ ਇਨਾਮਾਂ ਦੀ ਆੜ 'ਚ ਕਿੱਡੀ ਬੜੀ ਠੱਗੀ ਹੋ ਰਹੀ ਹੈ ਸ਼੍ਰੋਮਣੀ ਸਾਹਿਤਕਾਰੀ ਕੀ, ਮਤਲਬ ਕਿ ਯਾਰ ਬੰਦੇ ਰੱਜੇ ਨਹੀਂ। ਕਈ ਬੰਦੇ ਜਿਹੜੇ ਬਹੁਤੇ ਨੇ ਨਾਮ ਮਿਲਿਆ ਉਹ ਪਹਿਲਾਂ ਆਪਣੇ ਮੇਰੇ ਗੱਲੋਂ ਬਾਤ ਕਰਦੇ ਆ ਬਾਈ ਕਿਆਨ ਬੁੱਧ ਸਿੰਘ ਢਿੱਲੋਂ ਨੇ ਕਿਹਾ ਤਾ ਵੀ ਪੀ ਐੱਚ ਡੀ ਕੀ ਹੈ ਜਿਹੜੀਆਂ ਡਿਗਰੀਆਂ ਹੈ ਸਾਰੀਆਂ ਨਹੀਂ, ਮੈਂ ਕਹਿੰਦਾ ਸਾਰੇ ਚੋਰ ਨਹੀਂ ਹੁੰਦੇ, ਸਾਰੇ ਸਾਧ ਨਹੀਂ ਹੁੰਦੇ, ਉਹਨਾਂ ਮੈਂ ਕਹਿੰਦਾ 80% ਵੱਧ ਨਕਲੀ ਹੈ, ਬੰਦੇ ਨੇ ਨੌ ਲਿਆ ਵੀ ਫਲਾਣਾ ਫਲਾਣਾ ਜਿਹੜਾ ਕਹਿੰਦਾ ਮੈਂ ਕਹਿੰਦਾ ਲਾਣੇਦਾਰ ਜੀ ਨੂੰ ਯਾਰ ਆਪਾਂ ਹੈੱਡ ਆਊਟ ਬੈਂਡ ਉਹ ਬਣੇ ਬੰਦੇ, ਅਤੇ ਉਹੀ ਬੰਦੇ ਕਹਿੰਦਾ ਇਨਾਮ ਲੈਂਦੇ ਅੰਦਰ ਸਰਕਾਰ ਗਲਤੀ ਕਣਬਾਜ਼ੀਆਂ ਲਾ ਕੇ, ਅਤੇ ਜਿਹਨਾਂ ਨੂੰ ਇਨਾਮ ਮਿਲਣੇ ਤਾਂ ਮਿਲੇ ਹੀ ਨਹੀਂ। ਉਹ ਮੈਨੂੰ ਉਹਨੇ ਦੱਸਿਆ ਪਤਾ ਨਹੀਂ ਕਿਹਨੇ, ਕਹਿੰਦਾ ਵੀ ਇਨਾਮ ਮੈਂ ਕਿਹਾ 1,00,000 ਰੁਪਇਆ ਹੋਣਾ, ਕਹਿੰਦੇ ਇਨਾਮ 5-5 ਲੱਖ, ਇੱਕ ਦਿੱਲੀ ਦਾ ਇਨਾਮ ਹੈ 10,00,000, 15,00,000 ਉਹ ਜਿਹੜਾ ਬੜਾ ਇਨਾਮ ਹੈ, ਨਹੀਂ ਢਹਾਂ ਨਹੀਂ ਢਹਾਂ ਤਾਂ ਬਾਹਰ ਵਾਲਾ, ਇੱਕ ਤਾਂ ਉਹਦਾ ਨਿੱਜੀ ਹੋ ਗਿਆ, ਜਿਹੜਾ ਸਰਕਾਰੀ ਇਨਾਮ ਕੀ ਬਾਤ ਕਰ ਰਿਹਾ ਮੈਂ ਸਰਕਾਰੀ। ਸੋ ਯਾਰ ਇਨਾਮ ਲੈਣੇ ਪਿੱਛੇ ਤੇ ਕੋਈ ਵੀ ਬੰਦਾ ਕੁਸਕਿਆ ਨਹੀਂ, ਹੁਣ ਜਿਹੜੇ ਜਿਹਨਾਂ ਨੇ ਨਾਮ ਮਿਲੇ ਨਾ ਸ਼੍ਰੋਮਣੀ ਸਾਹਿਤਕਾਰ ਹੈ ਵੀ ਉਹਨੇ ਮਿੱਤਰ ਸੈਨ ਮੀਤ ਨੇ ਸਰਿਆਮ ਹੀ ਬਹੁਤ ਲੰਬਾ ਪਰਚਾ ਹੀ ਖੋਲਤਾ, ਸੱਜੇ ਪੱਖੀ ਜਾਂ ਖੱਬੇ ਪੱਖੀ ਜਿਹੜੇ ਤਰਕਸ਼ੀਲ ਕਾਮਰੇਡ ਵੀ ਐਂ ਮਹਿਕਮੇ ਮੈਂ ਰਿਹਾ, ਮੈਨੂੰ ਕਿ ਮਹਾਨਤਾ ਬਾਰੇ ਬਹੁਤ ਚੰਗੇ, ਕੋਈ ਨਹੀਂ ਕੁਸਕਿਆ ਯਾਰ ਵੀ ਇਹ ਇਨਾਮ, ਹਾਂ ਮਿੱਤਰ ਸੈਨ ਮੀਤ ਨੇ ਸਹੀ ਕਿਹਾ ਵੀ ਇਹ ਇੱਦਾਂ ਇਹਦੇ ਵਿੱਚ ਬਹੁਤ ਬੜੀ ਠੱਗੀ ਚੱਲ ਰਹੀ ਹੈ। ਸੋ ਮੈਂ ਕਿਹਾ ਵੀ ਇਹੋ ਜਿਹੇ ਕਿਸੇ 'ਤੇ ਕਿਉਂ ਲਿਖਾਉਂਦਾ ਫਿਰੀ ਜਾਵਾਂ ਵੀ ਇਹ ਬਹੁਤ ਵਧੀਆ ਫਲਾਣਾ। ਦੇਖੋ ਸੁਣ, ਹੁਣਾਂ ਨੇ ਵੀ ਲਿਖਿਆ, ਕਿਸੇ ਬੰਦੇ ਨੇ ਕਿਤਾਬ ਯਾਰ ਕਿਸੇ ਨੂੰ ਚੰਗੀ ਲੱਗੇਗੀ ਪੜ੍ਹ ਲਏਗਾ, ਨਹੀਂ ਲੱਗੇਗੀ ਨਾ ਪੜ੍ਹੇਗਾ, ਮੈਂ ਪਹਿਲਾਂ ਹੀ ਲਿਖ ਦਿਆ। ਅਤੇ ਮੈਂ ਉਈ ਕਹਿੰਦਾ ਜੀ ਉਹ ਮੈਂ ਕਿਹਾ ਤੇਰੀ ਕਿਤਾਬ ਛਪੀ ਨਹੀਂ ਜੇ ਕਿਸੇ ਨੂੰ ਪੁੱਛੋ, ਉਹ ਜੀ ਉਹ ਫਲਾਣੇ ਲੇਖਕ ਨੂੰ ਭੇਜੀ ਵੀ ਸ਼੍ਰੋਮਣੀ ਸਾਹਿਤਕਾਰ ਨੂੰ, ਮੈਂ ਵੇਟ ਕਰ ਰਿਹਾ ਉਹਨਾਂ ਦੇ ਕੋਲੋਂ ਜਦੋਂ ਉਹਨਾਂ ਦਾ ਜਿਹੜਾ ਹੈਗਾ ਉਹ ਆ ਜਾਵੇਗਾ। ਮੈਂ ਕਿਹਾ ਯਾਰ ਕਿਆ ਹੈਗਾ, ਉਹ ਤਾਂ ਆਪ ਸਰਕਾਰੀ ਨਾਮ ਲੈ ਆਇਆ ਮਿਲ ਮਿਲਾ ਕੇ, ਤੂੰ ਉਹ 'ਤੇ ਫਿਰ ਲਿਖਾਉਂਦਾ ਫਿਰ ਰਿਹਾ। ਸਾਹਿਤ ਦੇ ਵਿੱਚ ਬਈ ਨਾ ਹੁਣ ਇੱਕ ਧੰਦਾ ਚੱਲ ਪਿਆ, ਮਤਲਬ ਕਿ ਕਿਤਾਬ ਦਾ ਜਿਹੜਾ ਰੌਲਾ ਅਖਬਾਰਾਂ ਦੇ ਵਿੱਚ, ਫਿਰ ਮੈਂ ਲਿਖਿਆ ਵੀ ਇੱਕ ਵਿਅੰਗ ਵੀ ਅਖਬਾਰਾਂ ਦੇ ਵਿੱਚ ਵੀ ਬੰਦੇ ਬੈਠੇ, ਫਿਰ ਅਖਬਾਰ ਵਾਲੇ ਨੂੰ ਭੇਜ ਦਿੰਦੇ, ਉੱਥੇ ਉਹ ਛਾਪ ਦਿੰਦੇ ਵੀ ਕਿਤਾਬ ਫਲਾਣੀ ਢਵਾਣੀ। ਸੋ ਬਹੁਤ ਇਹੋ ਜਿਹੇ ਲਿਖਣੇ ਲਿਖਾਣੇ ਤਾਂ ਚੰਗਾ ਵੀ ਤੁਸੀਂ ਆਪ ਹੀ ਲਿਖ ਦਿਓ ਯਾਰ, ਅਤੇ ਕਿਸੇ ਨੇ ਪੜ੍ਹਨੇ ਹੋਏਗੀ ਪੜ੍ਹ ਲਏਗਾ, ਨਹੀਂ ਪੜ੍ਹਨੀ ਹੋਈ ਤਾਂ ਅਗਲਾ ਕਿਹਾ ਬਕਵਾਸ। ਮੈਂ ਤਾਂ ਇਹ ਕਿਹਾ ਵੀ ਨਹੀਂ ਪੜ੍ਹੇਗਾ ਯਾਰ। ਮੈਂ ਹੁਣ ਕਿਤਾ ਇੱਕ ਹੋਰ ਮੈਂ ਦੱਸਾਂ, ਇਹਨਾਂ ਲੇਖਕਾਂ ਨੇ ਇੱਕ ਹੋਰ ਚਾਲ ਚੱਲੀ ਵੀ ਆਪ ਤਾਂ ਇਹ ਪ੍ਰੋਫੈਸਰ ਰਹੇ ਬਹੁਤੇ ਯੂਨੀਵਰਸਿਟੀ, ਮੈਂ 1,00,000 ਰੁਪਏ ਤਨਖਾਹ ਮੇਰੀ, 1,50,000 ਪੈਨਸ਼ਨ ਮੇਰੀ, ਇਨਾਮ ਲੈ ਲਿਆ, ਫਿਰ ਇਹ ਕਿਤਾਬ ਜੀ ਛਾਪ ਲੈਣੇ, ਫਿਰ ਉੱਤੇ ਨਾ ਦਸਤ ਕਰਕੇ ਮੇਰੀ ਕਿਤਾਬ 'ਚ ਹੈ ਸਰ ਵੀ ਕਬਾੜ ਹੈ। ਮੈਂ ਨਹੀਂ ਕਹਿੰਦਾ ਵੀ ਸਹੀ ਕਿਤਾਬ ਹੈ, ਮੈਂ ਕਹਿੰਦਾ ਇਹਨੂੰ ਦਾਅਵਾ ਹੀ ਨਹੀਂ ਕਰਦਾ ਕੋਈ, ਪਰ ਮੈਂ ਕਿਸੇ ਨੂੰ ਮੁਫ਼ਤ ਨਹੀਂ ਦਿੰਦਾ, ਜੋ ਮੈਂ ਲਿਖਿਆ ਮੈਨੂੰ ਉਹਦੇ ਪ੍ਰਮਾਣ ਹੈ, ਮੈਂ ਪੈਸੇ ਲਵਾਂ। ਮੈਨੂੰ ਸਭ ਤੋਂ ਵਧੀਆ ਗੱਲ ਲੱਗੀ ਵੀ ਪੈਸੇ ਲੈ ਕੇ, ਚਾਹੇ ਕੋਈ ਘਰ ਬੰਦਾ ਟੱਕਰ ਜੇ, ਮੈਂ ਕਿਹਾ ਪੈਸੇ ਲੱਗੇ ਇਹਦੇ ਪਰ ਕਿਰਤ ਹੈ, ਅਤੇ ਯਾਰ ਜੇ ਮਹਾਤੜਾਂ ਦੀ ਕਿਤਾਬਾਂ ਐਂ ਮੰਡੀਆਂ ਕਿਤਾਬ ਸਾਹਿਤ ਦਾ ਕਿਆ ਬਣੇਗਾ। ਇਹ ਨਾ ਲੇਖਕਾਂ ਨੇ ਬਹੁਤ ਪੰਜਾਬੀ ਭਾਸ਼ਾ ਹੀ ਖੜਾ ਚੱਲਦਾ ਉੱਥੇ, ਆਹ ਲੈ ਜਾਓ ਜੀ, ਕਹਿੰਦਾ ਆਹ ਲੈ ਜਾਓ ਯਾਰ, ਅੱਧੇ ਤਾਂ ਇਹੀ ਕੰਮ 'ਚ ਕਰਨ ਜਾਂਦੇ ਆ ਉੱਥੇ, ਮੇਰੇ ਵਰਗੇ ਵੀ ਉੱਥੇ ਕਿਤਾਬ ਆਏਗੀ ਵੰਡੀ ਜਾਏਗੀ, ਇਹਦੇ ਬਾਅਦ ਆਪਣਾ ਛੱਕੇਗੀ ਘਰਾਂ ਨੂੰ ਆ ਜਾਏਗੀ। ਇੱਕ ਗੱਲ ਕਹਿਣੀ ਚਾਹੁੰਦਾ ਮਨਜੀਤ, ਵੀ ਜਿਹੜਾ ਉਹਨਾਂ ਦਾ ਸਵਾਲ ਸੀਗਾ ਵੀ ਜਿਹੜੀਆਂ ਤੀਵੀਆਂ ਦੀਆਂ ਕਿਤਾਬਾਂ ਉਹ ਜ਼ਿਆਦਾ ਵਿਕ ਜਾਂਦੀਆਂ, ਬੰਦਿਆਂ ਦੀਆਂ ਕਿਤਾਬਾਂ ਨਹੀਂ ਵਿਕਦੀਆਂ, ਮਤਲਬ ਲੋਕ ਚਾਹੇ ਕੁਛ ਵੀ ਕਹਿਣ, ਲੋਕਾਂ ਦਾ ਬਹੁਤ ਸਤਿਕਾਰਿਤ ਹੈ ਤੂੰ, ਪਰ ਮੇਰਾ ਤਾਂ ਯਾਰ ਹੈ, ਪਰ ਮੇਰੇ ਹਿਸਾਬ ਨਾਲ ਤੇਰਾ ਮੂੰਹ ਦੇਖ ਕੇ ਤੇਰੀ ਕਿਤਾਬ ਉਸ ਹਿਸਾਬ ਨਾਲ ਵਿਕਦੀ ਹੈ ਕਿ ਨਹੀਂ? ਮੂੰਹ ਦੇਖ ਕੇ ਵਿਕਦੀ
नहीं नहीं पता गल बात क्या जी बात तू कर रहा ना भी तीवियां की किताब है नी यही बात हो रही है असल दे विच ओह वी इक साजिश है गल कहण दी क्योंकि पहले ही बहुत घट जिहड़ियां औरत लिखकां ने जिहड़ियां लिखदियां ने ते जिहड़ियां लिखदियां ने सानूं ओह वी परवाह नहीं हैगे सानूं ओहो मतलब इह तां मतलब साडे राह च रोड़ा आ गईआं किते सब तों वधिया ना लिखण लग जाण फिर असीं बहुत वड्डी इक चाल चली फिर असीं लिखिआ वी औरत दी किताब औरत होण करके बिक जांदी आ उच्च काबिलियत नाल कोई चीज़ नहीं हुंदी करके मिल जांदे आ इक ना पिछे आपां नां नहीं ले सकदे बहुत बगी किताब रुपिंदर उन्होंने पढ़ी होनी देखी होनी तो वह किताब एक बीबी ने लिखी थी तो वह जो सरलेख था बड़ा ही अजब गजब था तो बहुत बिकी है किताब हालांकि किताब कहते कख भी नहीं था ब्लैक बिकी है जिन्हें बंद ने पढ़ी हाँ फोटो स्टेटा तक बिकिया वोदिया शाह के कोल बैठा तो बंदा एक आया भी उ किताब का ना उन्हें लिया है नी तो शाह बीबे न गल करता रहा तो शाह ने मेरे कहीं बड़े उस देखा तो उन्हें मैंने कहा अखा का इशारा किया क्यों बिकती है ना तो मैं ठीक है सो ये भी एक ना वो है भी मतलब कि साहित्य इदा का मतलब कि प्रचारया जा रहा कई बार मतलब कि साहित्य होंगे नहीं तो वो पिछले बहुत कुछ होंगे ये चक्कर पता की है पर मेनू ऐ लगदा भी असीं हमेशा इसे लड़ाई च क्यों रहने आ कि बंदे वर्सेस जनानियां ਕਿਉਂ ਰਹਿੰਦੇ ਆ ਅਸੀਂ ਇਹ ਇਹ ਜੰਗ ਮੈਨੂੰ ਲੱਗਦਾ ਇਕੱਲੇ ਸਾਹਿਤ ਚ ਨਹੀਂ ਸਾਰੇ ਕਿਤੇ ਹੀ ਆ ਜਿੱਥੇ ਅਸੀਂ ਬਹੁਤ ਸਾਰੀਆਂ ਹੋਰ ਚੀਜ਼ਾਂ ਮਤਲਬ ਵਧੀਆ ਆਪਣਾ ਵਿਚਾਰਾਂ ਦਾ ਆਦਾਨ ਪ੍ਰਦਾਨ ਆਪਾਂ ਕਰ ਸਕਦੇ ਹਾਂ ਉੱਥੇ ਅਸੀਂ ਬਹੁਤਾ ਸਮਾਂ ਜਿਹੜਾ ਅਸੀਂ ਉਹ ਇੱਕ ਦੂਜੇ ਦੇ ਖਿਲਾਫ ਬੋਲਣ ਚ ਕਰਦੇ ਹਾਂ ਮੈਂ ਕਹਿੰਦਾ ਮਨਜੀਤ ਆਪਾਂ ਨੂੰ ਬੰਦੇ ਤੇ ਬੀਬੀਆਂ ਨੂੰ ਰਲ ਕੇ ਇਹ ਜਿਹੜਾ ਹੈਗਾ ਜੰਗ ਜਿੱਤਣੀ ਚਾਹੀਦੀ ਆਪਸ ਦੇ ਵਿੱਚ ਰਲ ਕੇ ਕੰਮ ਕਰਾਂਗੇ ਤੇ ਬਹੁਤ ਗਾਂ ਲੱਗ ਜਾਣਗੇ ਬਿਲਕੁਲ ਯਾਰ ਮੈਂ ਇਹ ਗੱਲ ਹੋਰ ਕਰਨੀ ਚਾਹੁੰਦਾ ਹਾਂ ਮੈਂ ਤੇ ਲਿਖਿਆ ਵੀ ਹੈ ਵੀ है तो वही गल पंजाबी जो इदा गुरदास मान के खिलाफ है नी बहुत वड्डी मुहिम पंजाब दे विच चलाई गई गुरदास मान दे नाल मैं सहमत नहीं हैगा जो उन्हें कहा तो कनेडा जो कुछ होया नी उहदी उसनू माफ़ी मंगनी चाहिए थी वो गलत उन्हें कहा सारा कुछ बिल्कुल तो मंगी नहीं तो हूँ उन्होंने टिप्पणी करी जो बड़ा विवाद खड़ा हो गया वो सारी कुछ एक पासे रख दो मैं उस गल गुरदास मान गल नहीं सहमत पर गुरदास मान के खिलाफ बहुत बड़ा एक जहाद छेड़िया गया भी वो हिंदी की हमायत कर रहा है नी गुरदास मान ने हिंदी लागू नहीं करी गुरदास मान ने कोई हुक्म नहीं जारी करया सरकार थोड़ी है गुरदास मान बंदा एक विचार देते है नी भी होनी चाहिए है थानू मैं गल सुनावा एक थोड़े दिन पहला मैंने एक फोन आया वो मेरे रिश्तेदार बीबी थी कहती वीर जी भी इदा भी न्याणे अंग्रेजी पढ़ाई किस तरह जाए मैं अंग्रेजी स्कूल चाहे पर इनू अंग्रेजी आती नहीं तो रट्टा लाई जा रहा है नी तो वो अपने पिंड आई भी थी तो मैं मैं उत्थे पिंड चले गया वो गल कर लगी कहती ये इदा भी उत्थे बहुत हो मैं कितने पढ़ता भी क्या चक्कर है तो वो कहते जी भी चंडीगढ़ के नेड़े पर एक पिंड है तो उत्थे एक संतान ने अकैडमी खोली भी है पंजाब दे विच जिन्नी भी संतान दी अकैडमी है वो अंग्रेजी मीडियम पढ़ाउंदियां हिंदी च बुलाउंदियां कहते जी स्कूल के विच अंग्रेजी मीडियम है तो हिंदी बोलन दे हुक्म है तो जिहड़ा गुरमत का विषय है ना एक वह भी अंग्रेजी के विच है डिविनिटी पता क्या कहते तो कहते मैं प्रिंसीपल नूं कहा भी ये तो पंजाबी च गुरमत गुरु साहब के मुख तो आपां गुरमुखी है नहीं ये पंजाबी पढ़ाओ कहते नहीं We translate that for the children. No problem for the children. We translate. ਕਹਿੰਦਾ ਤੁਸੀਂ ਟਰਾਂਸਲੇਟ ਕਰ ਰਹੇ ਸਿੱਧਾ ਪੜ੍ਹਾਓ ਅਤੇ ਮੈਂ ਇੱਕ ਦਿਨ ਪੰਜਾਬੀ ਦੇ ਇੱਕ ਬਹੁਤ ਵੱਡੇ ਉਹ ਵੀ ਵੈਸੇ ਉਹ ਹਿੰਦੂ ਪਰਿਵਾਰ 'ਚੋਂ ਹੈ ਮੈਂ ਉਹਨਾਂ ਨਾਲ ਗੱਲਬਾਤ ਕਰ ਰਿਹਾ ਤਾ ਮੈਂ ਕਿਹਾ ਪੰਜਾਬੀ ਨੂੰ ਹੁਣ ਪੰਜਾਬ ਦੇ ਵਿੱਚ ਸਭ ਤੋਂ ਵੱਧ ਖਤਰਾ ਜਿਹੜਾ ਹੈਗਾ ਬੜਾ ਰੌਲਾ ਪਿਆ ਤਾ ਨਾ ਹਿੰਦੂਆਂ ਨੇ ਆਪਣੀ ਮਾਂ ਬੋਲੀ ਲਿਖਾਤੀ ਤੀ ਜਦ ਪੰਜਾਬੀ ਸੂਬੇ ਵਾਲਾ ਰੌਲੇ ਮਾਂ ਬਿਲਕੁਲ ਹਿੰਦੂਆਂ 'ਤੇ ਨਹੀਂ ਹੈਗਾ ਮੈਂ ਕਿਹਾ ਵੱਡੇ ਸਰਦਾਰਾਂ 'ਤੇ ਹੈ ਜਿਨ੍ਹਾਂ ਨੇ ਕੌਨਵੈਂਟ ਸਕੂਲ ਖੋਲ੍ਹੇ ਹੋਏ ਹੈ ਜਿਹੜੇ ਉੱਥੇ ਕਹਿੰਦੇ ਹੈ ਅਤੇ ਉਹ ਮੈਂ ਗੱਲ ਵੀ ਲਿਖੀ ਹੈ ਸ਼ਾਇਦ ਆਪਾਂ ਮੈਂ ਸੁਣਾ ਦਿਆਂ ਉਹ ਵੀ ਨਾ ਇਹਦੇ ਵਿੱਚ ਨਹੀਂ ਮੈਨੂੰ ਯਾਦ ਹੀ ਹੈ ਕਿਆ ਬਾਤ ਹੈ ਵੀ ਸਰਦਾਰ ਜਿਹੜੇ ਕਈ ਕਹਿਣਗੇ ਯਾਰ ਇਹ ਬੰਦਾ ਉਹ ਫਲਾਣਾ ਮੈਂ ਉਹ ਬੰਦੇ ਨੂੰ ਗੱਲ ਕਹੀ ਮੈਂ ਕਿਹਾ ਤੂੰ ਕਹਿ ਇਹ ਗੱਲ ਅਤੇ ਉਹ ਬੰਦੇ ਨੇ ਗੱਲ ਕਹੀ ਕਹਿੰਦਾ ਜੀ ਮੈਂ ਕਹਾਂਗਾ ਮੈਨੂੰ ਆਰ ਐੱਸ ਐੱਸ ਦਾ ਬੰਦਾ ਦੱਸੇਗੇ ਮੈਂ ਕਿਹਾ ਚੱਲ ਮੈਨੂੰ ਜਿਹੜਾ ਮਰਜ਼ੀ ਬੰਦਾ ਦੱਸੀ ਜਾਏ ਮੈਂ ਤਾਂ ਕਿਸੇ ਦਾ ਬੰਦਾ ਹੀ ਨਹੀਂ ਹੈ ਚਾਲੀ ਪੰਜਾਹ ਦੁਕਾਨਾਂ ਹੈ ਉੱਥੇ ਇੱਕ ਬੰਦੇ ਨੇ
ਬਲੈਤੀ ਬੋਲੀ ਵਾਲਾ ਸਕੂਲ ਖੁੱਲਿਆ ਵਾ, ਜਨਰਲ ਡਾਇਰ ਵਾਲੀ ਬੋਲੀ ਵਾਲਾ। ਫਿਰ ਲੋਕ ਕਹਿੰਦੇ ਬੋਲੀ ਕਿਸੇ ਦੀ ਹੁੰਦੀ ਵੀ ਡਾਇਰ ਦਾ ਕਿਉਂ ਇੱਦਾਂ ਵਿੱਚ ਨਹੀਂ ਟਿੱਪਣੀਆਂ ਆਉਣ ਲੱਗ ਜਾਂ। ਆਪਾਂ ਕਹਿੰਦੇ ਨਾ, ਆਪਾਂ ਜਦੋਂ ਆਪਾਂ ਆਪਣੇ ਦੁਸ਼ਮਣ ਦਾ ਜ਼ਿਕਰ ਕਰਦੇ ਹਾਂ ਤਾਂ ਆਪਾਂ ਹੀ ਕਹਿੰਦੇ ਵੀ ਜਨਰਲ ਡਾਇਰ, ਅਤੇ ਉਹਦੀ ਬੋਲੀ ਹੈ। ਅਤੇ ਉਹ ਬੋਲੀ ਕਿ ਸਕੂਲ ਹੈ, ਅਤੇ ਮੈਂ ਉਸ ਸਕੂਲ ਮੈਂ ਗਿਆ ਤਾਂ ਬੰਦਾ ਅੱਗੇ ਹਿੰਦੀ ਬੋਲ ਰਿਹਾ। ਕਿਹੜਾ ਬੰਦਾ? ਜਿਹੜਾ ਸਕੂਲ ਕਾ ਮਾਲਕ ਫੋਨ ਪਰ। ਅਤੇ ਮੈਂ ਕਿਹਾ ਸ਼ਾਇਦ ਉੱਧਰ ਉੱਧਰ ਕਿਤੇ ਫੋਨ ਕਰ ਰਹੇ ਯੂਪੀ ਆਪੀ। ਫਿਰ ਉਹਨੇ ਫੋਨ ਬੰਦ ਕਰਿਆ। ਉਹ ਆਪੇ ਦੱਸਣ ਲੱਗ ਗਿਆ, ਕਹਿੰਦਾ ਇਹ ਫੋਨ ਪਤਾ ਕਿਸ ਕਦਮ ਹੈ ਕਿਸ ਕਦਮ। ਕਹਿੰਦਾ ਜਿਹੜੇ ਮੇਰੇ ਆਲੇ ਦੁਆਲੇ ਪਿੰਡਾਂ ਦੇ ਨਿਆਣੇ ਆ, ਉਹਨਾਂ ਕਿ ਮਾਂ ਬਾਪ ਕਦਮ। ਮੈਂ ਕਿਹਾ ਯਾਰ ਹਿੰਦੀ ਕਿਉਂ? ਕਹਾਂ ਉਹਨਾਂ ਨੇ ਮੈਨੂੰ ਕਿਹਾ ਵੀ ਜੇ ਤਾਂ ਹਿੰਦੀ ਬੋਲ ਪੰਜਾਬੀ ਬੋਲੇਗਾ ਮੈਂ ਆਪਣੇ ਨਿਆਣੇ ਹਟਾ ਕੇ ਰਾਜ ਪਰੇ ਲਾਵੇਂਗੇ। ਉਹ ਵੀ ਹੈ ਵੀ ਉਹ ਵੀ ਅੰਗਰੇਜ਼ੀ ਅੰਗਰੇਜ਼ੀ ਸਕੂਲ ਹੈ ਵੀ ਤੂੰ ਪੰਜਾਬੀ ਬੋਲ ਰਿਹਾ। ਸੋ ਅੱਜ ਵੱਡੇ ਸਰਦਾਰਾਂ ਦੇ 34 ਲੱਖ ਨਿਆਣਾ ਨੈੱਟ ਪਰ, ਮੈਂ ਸ਼ਾਇਦ ਅੰਕੜੇ ਘੱਟ ਵੱਧ ਹੋ ਸਕਾਂ, ਉਹਨਾਂ ਸਕੂਲਾਂ ਦੇ ਵਿੱਚ ਹੈ ਜਿੱਥੇ ਮਤਲਬ ਪੰਜਾਬੀ ਬੋਲਣੀ ਪਾਬੰਦੀ ਹੈ, ਅੰਗਰੇਜ਼ੀ ਮੀਡੀਅਮ ਹੈ, ਹਿੰਦੀ ਵਿੱਚ ਬੁਲਾਇਆ। ਅਤੇ ਗੁਰਦਾਸ ਮਾਨ ਦੇ ਖਿਲਾਫ ਜਿਹਨਾਂ ਨੇ ਜਹਾਦ ਛੇੜਿਆ, ਮੈਂ ਪਹਿਲਾਂ ਵੀ ਇੱਕ ਵਾਰ ਕਿਹਾ ਤਾਂ ਉਹਨਾਂ ਨੂੰ ਇਕੱਠੇ ਕਰਕੇ ਨਾ ਸਾਰਿਆਂ ਨੂੰ ਆਪਾਂ ਕਿਸੇ ਪਿੰਡ ਮੈਂ ਲੈ ਚੱਲਾਂ, ਜਿਹੜੇ ਵੀ ਪਿੰਡ 'ਚੋਂ ਕਹੇਗੇ ਮੈਂ ਉੱਥੇ ਚੱਲਾਂਗਾ। 3 ਸਵਾਲ ਕਰਾਂਗਾ ਮੈਂ, ਜਿਹੜਾ ਬੰਦਾ 10 ਸਾਲ ਤੋਂ ਸਰਕਾਰੀ ਕੌਨਵੈਂਟ ਦੇ ਵਿੱਚ ਉਹਨੂੰ ਕਰਾਂਗਾ 3 ਸਵਾਲ। ਪਹਿਲਾ ਸਵਾਲ ਵੀ 100 ਤਾਂ ਗਿਣਤੀ ਸੁਣਾ, ਦੂਸਰਾ ਸਵਾਲ 2 ਵਾਲਾ ਪਹਾੜਾ ਸੁਣਾ ਦੇ, ਤੀਸਰਾ ਸਵਾਲ ਇਹ ਕਿਹਾ ਜਾ ਵੀ ਇਹਨਾਂ ਨੂੰ ਅੰਗਰੇਜ਼ੀ ਆਵਾ, ਦੇ ਆਰ ਹਾਈਲੀ ਇੰਟਲੈਕਚੁਅਲ, ਹੈ ਨਹੀਂ ਵੀ ਬਹੁਤ ਫਲੂਐਂਟ ਇਨ ਇੰਗਲਿਸ਼। ਉਹਨਾਂ ਨੂੰ ਮੈਂ 3ਰਾ ਸਵਾਲ ਅੰਗਰੇਜ਼ੀ ਦੇ ਵਿੱਚ ਕਰਾਂਗਾ। ਇਹ ਨਹੀਂ ਪੁੱਛਾਂਗਾ ਵੀ ਅਕਬਰ ਕਦ ਆਇਆ ਦਾ, ਬਾਬਰ ਕਦ ਮਰਿਆ, ਉਹਨਾਂ ਦੇ ਉੱਥੇ ਬਲਦ ਘੋੜੇ ਹਾਥੀ ਜਾਂ ਮੰਜੇ ਕੁਛ ਪਿਆ, ਉਹਦੇ ਬਾਰੇ ਸਵਾਲ ਹੋਏਗਾ। ਜਦ ਤੁਹਾਨੂੰ 3 ਸਵਾਲਾਂ ਦੇ ਜਵਾਬ ਮਿਲੇਗਾ, ਮੈਂ ਰੋਜ਼ ਕਰਦਾ ਨਾ, ਤਾਂ ਮੈਂ ਆਪਣੇ ਸਿਰ ਕੇ ਬਾਲ ਪੱਟ ਲੇਗੇ। ਗੁਰਦਾਸ ਮਾਨ ਗੱਦਾਰ ਹੈ, ਇਹ ਗੁਰਦਾਸ ਮਾਨ ਗੱਲ ਬਿਲਕੁਲ ਗਲਤ ਹੋਇਆ ਕਰਿਆ, ਜਿਹੜੇ ਬੰਦੇ ਕਰ ਰਹੇ ਹੈ ਬਹੁਤ ਵੱਡੀ ਕੋ ਹੈ। ਮੈਂ ਗੁਰਦਾਸ ਮਾਨ ਨਾਲ ਸਹਿਮਤ ਨਹੀਂ, ਪਰ ਇਸ ਬਣਾ ਪਰ ਉਹਨੂੰ ਗੱਦਾਰ ਕਹਿਣਾ, ਫਿਰ ਤਾਂ ਪੰਜਾਬ ਗੱਦਾਰਾਂ ਦਾ ਗੜ੍ਹ ਹੈ। ਆਪਣੇ ਭਤੀਜੇ ਦੱਸ ਰਹੇ ਕਿੱਥੇ ਪ੍ਰਭਾਵ ਉਹਦੇ ਤੇ ਆਉਂਦਾ ਹੀ ਆਉਂਦਾ ਆ, ਹਨਾ। ਤੇ ਜਦੋਂ ਘਰੇ ਆ ਕੇ ਹਿੰਦੀ ਬੋਲਦਾ ਤਾਂ ਅਸੀਂ ਵੀ ਖੁਸ਼ ਹੁੰਦੇ ਆ ਵੀ ਸਕੂਲ ਪੜ੍ਹਨ ਲੱਗ ਗਏ, ਕੁਛ ਨਵਾਂ ਸਿੱਖ ਰਿਹਾ, ਹਨਾ। ਪਰ ਉੱਥੇ ਅਸੀਂ ਇੰਟਰਨੈਟ ਤੇ ਜਾ ਕੇ ਕਮੈਂਟ ਕਰ ਰਹੇ ਹਾਂ ਕਿ ਫਲਾਣਾ ਬੰਦਾ ਗਦਾਰ ਹੈ। ਨਹੀਂ ਨਹੀਂ ਬਿਲਕੁਲ ਨਹੀਂ, ਗੁਰਦਾਸ ਮਾਨ ਕੇ ਗੱਲ ਬਹੁਤ ਬੜੀ ਠੱਗੀ। ਦੇਖੋ, ਅੱਛਾ ਹੋਰ ਸੁਣੋ, ਗੁਰਦਾਸ ਮਾਨ ਨੂੰ ਤਾਂ ਜੋ ਕੁਛ ਉਹਨੇ ਕਿਹਾ ਤਾਂ ਉਹਦੀ ਸਜ਼ਾ ਮਿਲ ਗਈ, ਬੰਦਾ ਆਪਣੀ ਪੂਰੀ ਜ਼ਿੰਦਗੀ ਦੀ ਕਮਾਈ ਉਹਦੇ ਸਾਹਮਣੇ। ਦੇਖੋ ਆਪਾਂ ਮਰਨ ਤੋਂ ਬਾਅਦ ਖਤਮ ਹੁੰਦੇ ਹਾਂ ਨੀ, ਉਹ ਬੰਦਾ ਜ਼ਿੰਦਗੀ ਜਿਉਂਦੇ ਜੀ ਉਹਨੂੰ ਸਟੇਜ 'ਤੇ ਨਹੀਂ, ਜਿਹੜੇ ਬੰਦੇ ਪਿੱਛੇ ਬੰਦੇ ਪਾਗਲ ਦੇ ਸਟੇਜ ਵੀ ਨਹੀਂ ਚੜ੍ਹਾਉਂਦੇ ਆ ਦਿੱਲੀ ਗਿਆ, ਠੀਕ ਹੈ, ਮੰਨ ਲਿਆ ਵੀ ਠੀਕ ਆ, ਵਧੀਆ ਉਹਦੇ ਨਾਲ ਸਜ਼ਾ ਹੋ ਗਈ, ਲੋਕ ਕਹਿੰਦੇ ਹਾਂ ਠੀਕ। ਪਰ ਜਿਹੜਾ ਆਹ ਗਦਾਰਾਂ ਦਾ ਗੜ੍ਹ ਐਡਾ ਬੜਾ, ਇਹਨੂੰ ਤੋੜਨ ਵਾਸਤੇ ਕਦਮਦਾਰ ਮਨ ਇਤਰੇਗੇ, ਆਓ ਨਾ। ਮੈਂ ਉਹੀ ਗੱਲ ਸੰਤਾਂ ਦੀ ਅਕੈਡਮੀ ਕਹਿ ਰਹੀ ਹੈ, ਅੰਗਰੇਜ਼ੀ ਪੜ੍ਹਾ ਰਹੇ ਹੈ, ਹਿੰਦੀ ਬੁਲਾ ਰਹੇ ਹੈ, ਤੇ ਗੁਰਮਤ ਵੀ ਅੰਗਰੇਜ਼ੀ ਦੇ ਵਿੱਚ ਹੈ। ਦੱਸੋ, ਮੈਂ ਇਹੀ ਗੱਲ ਕਹਿਣ ਲੱਗੀ ਹਾਂ ਵੀ ਜਦੋਂ ਆਪਾਂ ਆਪਣੇ ਨਿਆਣੇ ਨੂੰ ਸਕੂਲ ਦਾਖਲ ਕਰਾਉਣਾ ਹੁੰਦਾ, ਚਾਰ ਪੰਜ ਸਾਲ ਦਾ ਜਦੋਂ ਨਿਆਣਾ ਹੁੰਦਾ, ਆਪਾਂ ਮੈਨੂੰ ਲੱਗਦਾ ਕੋਈ ਸ਼ਾਇਦ ਆਪਣੇ ਪਿੰਡ 'ਚ ਕੋਈ ਘਰ ਵੀ ਨਹੀਂ ਸੋਚਦਾ ਹੋਊਗਾ, ਸ਼ਹਿਰਾਂ 'ਚ ਤਾਂ ਚਲੋ ਕਿਹਨੇ ਸੋਚਣਾ ਵੀ ਮਤਲਬ ਆਪਾਂ ਚੰਗੇ ਸਕੂਲ ਗਿਣ ਲੈਂਦੇ ਹਾਂ ਵੀ ਇੱਕ ਸਕੂਲ ਰਾਜਪੁਰ ਇੰਨਾ ਵਧੀਆ, ਇੱਕ ਚੰਡੀਗੜ੍ਹ, ਲੁਧਿਆਣੇ, ਫਲਾਣਾ, ਢਮਕਾਣਾ, ਨੇੜੇ ਜਿਹੜੇ ਵਧੀਆ ਇੰਗਲਿਸ਼ ਮੀਡੀਅਮ ਵਾਲੇ ਸਕੂਲ ਹੁੰਦੇ ਆ। ਕਦੇ ਨਹੀਂ ਮੈਨੂੰ ਲੱਗਦਾ ਕੋਈ ਘਰ ਗਿਣਦਾ ਹੋਣਾ ਵੀ ਫਲਾਣਾ ਸਰਕਾਰੀ ਸਕੂਲ ਬਹੁਤ ਵਧੀਆ ਜਿੱਥੇ ਪੰਜਾਬੀ ਮੀਡੀਅਮ ਪੜ੍ਹਾਇਆ ਜਾਂਦਾ, ਹੈ ਨਾ। ਦੇਖੋ ਜੀ, ਮੈਂ ਤਾਂ ਇਹ ਸਕੂਲ ਸਾਡੀ ਗਿਣਤੀ 'ਚ ਹੀ ਨਹੀਂ ਰਹੇ। ਹੋ ਸਕਦਾ ਵੀ ਮੈਂ ਗਲਤ ਹੋਵਾਂ, ਪਰ ਮੈਨੂੰ ਐਂ ਲੱਗਦਾ ਵਾ ਵੀ ਜੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ, ਮੰਨ ਲਓ ਵੀ ਆਪਾਂ, ਚਲੋ ਆਪਾਂ ਨੂੰ ਪੰਜਾਬੀ ਆਪਾਂ ਪੜ੍ਹੇ ਵੀ, ਆਪਣੇ ਪਰਿਵਾਰਾਂ 'ਚ ਵੀ ਉਨਾ ਪ੍ਰਭਾਵ ਨਹੀਂ ਸੀ ਕਿਸੇ ਦੂਜੀ ਬੋਲੀ ਦਾ, ਚਲੋ ਆਪਾਂ ਬਾਅਦ 'ਚ ਪ੍ਰੋਫੈਸ਼ਨ 'ਚ ਆਏ ਆਪਾਂ ਉਹ ਚੀਜ਼ਾਂ ਸਿੱਖੀਆਂ ਨੇ, ਹੈ ਨਾ। ਪਰ ਮੈਨੂੰ ਐਂ ਲੱਗਦਾ ਵੀ ਸਾਤੋਂ ਜਿਹੜੀ ਗਾਂ ਵਾਲੀ ਪੀੜ੍ਹੀ ਆ ਉਹ ਗੁਰਬਾਣੀ ਨਹੀਂ ਪੜ੍ਹ ਸਕਿਆ ਕਰੂਗੀ, ਕਿਉਂਕਿ ਉਹਨਾਂ ਨੂੰ ਨਾ ਪੰਜਾਬੀ ਪੜ੍ਹਨੀ ਆਉਣੀ ਆ ਨਾ ਲਿਖਣੀ ਆਉਣੀ ਆ। ਅੰਗਰੇਜ਼ੀ ਪਤਾ ਕਿਉਂ ਸਿਖਾਉਂਦੇ ਆ, ਜਿਹੜੀ ਤੁਹਾਡੀ ਗੱਲ ਆ ਇਹਦੇ ਨਾਲ ਵੀ ਜੁੜਦੀ ਆ, ਅੰਗਰੇਜ਼ੀ ਵੀ ਕਿਉਂ ਸਿਖਾਉਂਦੇ ਆ ਵੀ ਪਹਿਲਾਂ ਤਾਂ ਬਾਹਰ ਜਾਣਾ ਸਾਰਿਆਂ ਨੇ, ਤੁਸੀਂ ਗੱਲ ਮੰਨੋਗੇ ਕਿਸੇ ਦੀ PhD ਕੀਤੀ ਹੋਵੇ, ਕਮਾਲ ਦਾ ਪੜ੍ਹਿਆ ਹੋਵੇ, ਦੂਜੇ ਨੇ ਆਈਲੈਟਸ ਕੀਤੀ ਹੋਵੇ, ਉਹ ਉੱਤੇ ਹੋਊਗਾ, ਉੱਤੇ ਹੋਊਗਾ, ਸਹੀ ਗੱਲ ਆ। PhD ਵਾਲੇ ਤੁਸੀਂ ਆਈਲੈਟਸ ਨਹੀਂ ਕਰੀ, ਕਲੀਅਰ ਹੁੰਦੀ ਜੀ। ਪਰ ਯਾਰ ਮੈਂ ਗੱਲ ਕਵਾਂ ਵੀ ਸਰਕਾਰੀ ਸਕੂਲ 'ਚ ਪੜ੍ਹਿਆ, ਇੱਕ ਭਾਸ਼ਾ ਨਾਉਣ ਤੁਹਾਡੀ ਕਾਬਲੀਅਤ ਨੂੰ ਤੈਅ ਨਹੀਂ ਕਰਦਾ ਹੁੰਦਾ ਕਦੇ ਵੀ। ਯਾਰ ਸਰਕਾਰੀ ਸਕੂਲ ਮੈਂ ਪੜ੍ਹਿਆ, ਮੈਂ ਵੀ ਤੂੰ ਵੀ ਸਰਕਾਰੀ ਮੈਂ ਪੜ੍ਹਿਆ, ਬਲੈਤੀ ਮੈਂ ਤਾਂ ਇਹੋ ਜਿਹੇ ਸਕੂਲ 'ਚ ਪੜ੍ਹਿਆ ਜਿੱਥੇ ਤੈਨੂੰ ਦੱਸ ਨਹੀਂ ਸਕਦਾ, ਜਵਾਹਰ ਨਵੋਦਿਆ ਵਿਦਿਆਲਿਆ, ਜਿਹੜਾ ਕਿ ਪੂਰਾ ਹਿੰਦੀ ਦਾ ਗੜ੍ਹ ਸੀ। ਅਤੇ ਤੂੰ ਇਸ ਹਿਸਾਬ ਲਾ ਲਾ 12ਵੀਂ ਤੋਂ ਬਾਅਦ ਕਿਵੇਂ ਮੇਰੇ 'ਚ ਬਦਲਾਅ ਮੈਂ ਕੀਤਾ, ਜਿਹੜੀਆਂ ਸਾਰੀਆਂ ਚੀਜ਼ਾਂ ਸੀ ਉਹਨਾਂ ਨੂੰ ਬਾਹਰ ਕੱਢਣਾ ਕਿੰਨਾ ਔਖਾ ਸੀ। ਅਤੇ ਉਰੇ ਯਾਰ ਦੇਖੋ ਕਿਊਬੈਕ, ਕਹਿੰਦਾ ਨਹੀਂ ਕਿਊਬਕ ਹੈ, ਪਤਾ ਨਹੀਂ ਕਿਊਬੈਕ ਹੈ, ਅੱਧੇ ਲਿਖਣ ਲੱਗ ਜਾ, ਉਹ ਯਾਰ ਤੈਨੂੰ ਬੋਲਣੀ ਨਹੀਂ, ਅੱਧੇ ਤੂੰ ਨਾ ਅੰਗਰੇਜ਼ੀ ਗਲਤ ਬੋਲੇਗਾ ਤਾਂ 100 ਬੰਦਾ ਟੋਕੇਗਾ, ਤੂੰ ਪੰਜਾਬੀ ਸਾਰੀ ਜਗ੍ਹਾ ਗਲਤ ਲਿਖੀ ਵੀ ਹੈ।
ਪੰਜਾਬੀ ਦੀ ਮਿੱਟੀ ਦਾ ਬਾਈ ਪੰਜਾਬੀ ਯੂਨੀਵਰਸਿਟੀ ਜਿਹੜੀ ਪੱਟਦੀ ਆ ਉਹ ਦੇਖਿਓ ਜਾ ਕੇ ਕਦੇ ਉਹ ਅੱਜ ਤੱਕ ਇਹ ਨਹੀਂ ਦੱਸ ਸਕੇ ਵੀ ਯੂਨੀਵਰਸਿਟੀ ਨੂੰ ਪੰਜਾਬੀ ਦੇ ਵਿੱਚ ਕਿਆ ਕਹਾਂ ਪੰਜਾਬੀ ਯੂਨੀਵਰਸਿਟੀ ਕੱਲ੍ਹ ਹੀ ਮੈਨੂੰ ਉੱਥੇ ਬੰਦਾ ਮਿਲ ਲਿਆ ਮੈਂ ਬੈਠਾ ਤਾ ਦੁਕਾਨ 'ਤੇ ਕਹਿੰਦਾ ਬਾਈ ਮੈਂ ਪੱਤਰਕਾਰੀ ਕਰ ਰਿਹਾ ਕਹਿੰਦਾ ਪੱਤਰਕਾਰੀ ਸਾਰੀ ਅੰਗਰੇਜ਼ੀ 'ਚ ਸੈਮੀਨਾਰ ਹੋ ਰਿਹਾ ਅੰਗਰੇਜ਼ੀ 'ਚ ਪੜ੍ਹਾ ਰਹੇ ਹੈ ਯੂਨੀਵਰਸਿਟੀ 'ਚ ਸੈਮੀਨਾਰ ਕਰ ਰਹੀ ਅੰਗਰੇਜ਼ੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਅਸਲ ਮਾਨਾ ਬਾਤ ਪਤਾ ਕਿਆ ਮੈਂ ਤਾਂ ਇੱਕ ਗੱਲ ਤੱਤ ਕੱਢਿਆ ਕਿਊਬਕ ਦੇ ਵਿੱਚ ਪੈਂਡੂ ਕਨੇਡੀਅਨ ਹੈ ਯਾਰ ਬਾਈ ਕਿਵੇਂ ਨਾਂ ਭੁੱਲ ਗਿਆ ਕਿ ਮੈਂ ਦੇਖਾਂ ਕਿਆ ਨਾਂ ਹੈ ਫਿਰ ਕਹੇ ਯਾਰ ਤੂੰ ਮੇਰਾ ਨਾਂ ਵੀ ਭੁੱਲ ਗਿਆ ਉਹਨੇ ਗੱਲ ਮੇਰੀ ਬਹੁਤ ਲੰਬੀ ਚੌੜੀ ਗੱਲਬਾਤ ਹੋਈ ਅਤੇ ਉਹਦੇ ਪਰ ਮੈਂ ਲੇਖ ਵੀ ਲਿਖਿਆ ਅੰਗਰੇਜ਼ਾਂ ਦੇ ਗੜ੍ਹ 'ਚ ਅੰਗਰੇਜ਼ੀ ਦੀਆਂ ਘਿੱਸੀਆਂ ਬਾਈ ਨਾ ਬਾਈ ਦਾ ਨਾਂ ਵੀ ਕਮਾਲ ਹੈ ਗੁਰਪ੍ਰਕਾਸ਼ ਸਿੰਘ ਸਮਾਗ ਪੈਂਡੂ ਕਨੇਡੀਅਨ ਮੌਂਟਰੀਅਲ ਨਾ ਕਿਊਬਕ ਦੇ ਵਿੱਚ ਹੈ ਟਰੱਕ ਚਲਾ ਰਿਹਾ ਮੈਂ ਕੁੜਤਾ ਪਜਾਮਾ ਕਹਿੰਦਾ ਉਹ ਆਪਣੇ ਬੰਦਿਆਂ ਬਾਰੇ ਵੀ ਬਹੁਤ ਤਬਾਹੀ ਮਚਾਓਗੇ ਟਿੱਪਣੀਆਂ ਕਰਾ ਕਹਿੰਦਾ ਬਾਈ ਮੈਂ ਉੱਥੇ ਇੱਕ ਦਿਨ ਕਿਊਬਕ ਮੈਂ ਚਲੇ ਗਿਆ ਅਤੇ ਕਹਿੰਦਾ ਵੀ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਕਿਆ ਲਿਖਿਆ ਵਾ ਹੈ ਫਰਾਂਸੀਸੀ ਫ੍ਰੈਂਚ ਅਣਖ ਜਿਹੜੇ ਜਾਗੇ ਜਿਹਨੇ ਅਣਖੀ ਲੋਕ ਹੁੰਦੇ ਨਾ ਉਹ ਨਹੀਂ ਕਿਸੇ ਨੂੰ ਬਰਦਾਸ਼ਤ ਕਰਦੇ ਚਾਹੇ ਤੂੰ ਅਰਬਾਂ ਪਤੀ ਆ ਉਹ ਕਹਿੰਦਾ ਮੈਂ ਬਰਦਾਸ਼ਤ ਤੂੰ ਕੌਣ ਹੈ ਕਹਿੰਦਾ ਵੀ ਮੈਂ ਗਲਤ ਸੜਕ ਪਰ ਚਲੇ ਗਿਆ ਅਤੇ ਜਦੋਂ ਪੁਲਿਸ ਵਾਲਾ ਆ ਗਿਆ ਕਹਿੰਦਾ ਪੁਲਿਸ ਵਾਲੇ ਨੇ ਪਰਚੀ ਕੱਟਦੀ ਉਹ ਟਿਕਟ ਕੱਟਣੀ ਕਹਿੰਦੇ ਪਤਾ ਨਹੀਂ ਕਿਆ ਕਹਾਂ ਕਹਿੰਦਾ ਵੀ ਉਹਨੂੰ ਮਾੜੀ ਮੋਟੀ ਇੱਕ ਅੱਧਾ ਸ਼ਬਦ ਮੇਰਾ ਸਮਝ ਆਇਆ ਕਹਿੰਦਾ ਵੀ ਯਾਰ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਕਿਆ ਲਿਖਿਆ ਵਾ ਕਹਿੰਦਾ ਇਹ ਮੇਰੀ ਸਮੱਸਿਆ ਨਹੀਂ ਹੈ ਇਹ ਤੇਰੀ ਸਮੱਸਿਆ ਹੈ ਕਹਿੰਦਾ ਬਾਈ $400 ਕੀਤਾ ਉਸਨੇ ਪਰਚੀ ਕੱਟੀ ਅਤੇ ਫਿਰ ਉੱਥੇ ਵਕੀਲ ਕਰਨਾ ਪਵਾ ਚਲਾਣ ਹੋ ਗਿਆ ਕਹਿੰਦਾ $600 to $500 ਕਹਿੰਦਾ $1,000 ਦੇ ਕੇ ਖੜ੍ਹਾ ਛੁੱਟਿਆ ਕਹਿੰਦਾ ਮੈਂ ਜਦ ਨਾ ਕਿਊਬਕ ਨੂੰ ਜਹਾਂ ਟਰੱਕ ਲੈ ਗਿਆ ਤਾਂ ਮੈਂ ਪਹਿਲਾਂ ਹੀ ਦਾਲ ਪਾਣੀ ਚਾਹ ਸਾਰਾ ਇਕੱਠਾ ਕਰ ਲਿਆ ਵੀ ਉੱਥੇ ਕਿਸੇ ਨੇ ਨਹੀਂ ਸੁਣਨਾ ਭੁੱਖੇ ਮਰਨ ਵਾਲਾ ਕੰਮ ਹੈ ਆਪਾਂ ਕਹਾਂ ਵੀ ਜੇ ਅੰਗਰੇਜ਼ੀ ਨਾ ਆਈ ਤਾਂ ਭੁੱਖਾ ਮਰੇ ਉਹ ਕਹਿੰਦੇ ਜਿਹੜਾ ਅੰਗਰੇਜ਼ੀ ਬੋਲੇ ਭੁੱਖਾ ਮਾਰੇਂਗੇ ਕਹਿੰਦਾ ਨਾਲੇ ਉਹ ਬੇਇੱਜ਼ਤੀ ਕਰਦੇ ਹੈ ਕਹਿੰਦਾ ਜਿਹੜੇ ਉਹਨਾਂ ਦੇ ਬਣੇ ਹੋਏ ਨਾ ਦੁਕਾਨਾਂ 'ਚ ਕਹਿੰਦਾ ਮੈਂ ਉੱਥੇ ਚਲਿਆ ਇੱਕ ਵਾਰੀ ਕਹਿੰਦਾ ਮੈਂ ਅੰਗਰੇਜ਼ੀ ਮੈਂ ਪੁੱਛਾਂ ਕਹਿੰਦਾ ਉਹ ਕਹਿੰਦੇ ਮੈਨੂੰ ਬਾਹਰ ਕੱਢੋ ਯਾਰ ਕਹਿੰਦਾ ਕਿਆ ਕਰ ਰਿਹਾ ਇਹ ਆਪਾਂ ਤਾਂ ਬਿਹਾਰ ਯੂਪੀ ਤੋਂ ਆਏ ਲੋਕਾਂ ਨਾਲ ਹਿੰਦੀ ਬੋਲਣੀ ਸ਼ੁਰੂ ਕਰ ਦਿੰਦੇ ਨਹੀਂ ਅਸਲ ਮਾਨਾ ਆਪਾਂ ਯਾਰ ਆਪਾਂ ਅਸਲ ਮਾਸ ਚਾਹੀਦਾ ਬਾਬਾ ਥੋੜ੍ਹੇ ਦਿਨ ਪਹਿਲਾਂ ਹੀ ਨਾ ਫੇਸਬੁੱਕ ਉੱਪਰ ਹੋਰ ਬਹੁਤ ਚੱਲਿਆ ਅਣਖ ਵਾਲੀਆਂ ਵੜਕਾਂ ਇੰਨੀਆਂ ਹੋ ਰਹੇ ਅਸੀਂ ਫਲਾਣੇ ਕੇ ਵਾਰਸ ਹੈ ਢਮਕਾਣੇ ਕੇ ਵਾਰਸ ਹੈ ਆਹ ਤਾਲਬਾਨ ਵਾਲੇ ਮਸਲੇ 'ਤੇ ਰੌਲਾ ਪੈ ਗਿਆ ਕਹਿੰਦੇ ਜੀ ਅਸੀਂ ਬਾਬਾ ਹਰੀ ਸਿੰਘ ਨੜੂਏ ਦੇ ਵਾਰਸ ਹੈ ਜਿਹੜੇ ਬੰਦੇ ਨੇ ਕਦੇ ਆਪਣੀ ਬੋਲੀ ਮੈਂ ਦਸਤਖਤ ਨਹੀਂ ਕਰੇ ਆਪਣੇ ਘਰ ਦੁਕਾਨ ਕੇ ਬਾਹਰ ਆਪਣਾ ਨਾਂ ਨਹੀਂ ਆਪਣੀ ਬੋਲੀ ਮੈਂ ਲਿਖਿਆ ਜਿਨ੍ਹਾਂ ਦਾ ਵਿਆਹ ਕਾ ਸੱਦਾ ਨਹੀਂ ਪੰਜਾਬੀ ਦੇ ਵਿੱਚ ਛਪਿਆ ਕਦੀ ਉਹ ਕਹਿੰਦੇ ਫਿਰ ਰਹੇ ਹਾਂ ਵੀ ਹਮੇ ਫਲਾਣੇ ਕੇ ਵਾਰਸ ਹੈ ਮੈਂ ਅਣਖੀ ਪੜੇ ਹੈ ਅਸਲ ਮਾ ਦਾ ਗੱਲ ਇਹ ਹੈ ਯਾਰ ਮੁੱਕ ਦੀ ਮੈਨੂੰ ਲਗਾ ਵੀ ਬੇਅਣਖੇ ਲੋਕ ਨਾ ਆਪਣੀ ਬੋਲੀ ਦੇ ਭੱਜਣੇ ਕੇ ਬਹਾਨੇ ਟੋਲਦੇ ਫਿਰ ਰਹੇ ਹੈ ਪਰ ਜਿਹਨਾਂ ਦੀ ਅਣਖ ਜਿਉਂਦੀ ਹੈ ਅੰਗਰੇਜ਼ਾਂ ਦੇ ਗੜਕੇ ਵਿੱਚ ਯਾਰ ਅੰਗਰੇਜ਼ੀ ਨਹੀਂ ਬੋਲਣ ਦਿੰਦੇ ਅਗਲੇ ਹੈਂ ਕਹਿੰਦੇ ਬਾਹਰ ਚਲੋ ਅਤੇ ਕਹਿੰਦੇ ਕੌਮਾਂਤਰੀ ਕੰਪਨੀਆਂ ਨੂੰ ਵੀ ਕੌਮਾਂਤਰੀ ਕੰਪਨੀਆਂ ਜਿਹੜੀਆਂ ਪੈਪਸੀ ਫਲਾਉਣਾ ਕੋਈ ਵੀ ਕਹਿੰਦਾ ਉੱਥੇ ਫਰਾਂਸੀਸੀ ਮਕਰਨ ਮਾਰਨਾ ਤਾ ਸਾਰਾ ਬੰਦਾ ਕਹਿੰਦਾ ਸਿੱਖ ਕੇ ਜਾਂਦਾ ਵੀ ਮੈਂ ਉੱਥੇ ਮੈਨੂੰ ਕੁਛ ਨਹੀਂ ਸਮਝਣਾ ਮਨਜੀਤ ਤੂੰ ਕਹਿਣਾ ਵੀ ਆਪਾਂ ਮੈਦਾਨ 'ਚ ਨਿੱਤਰਨਾ ਪੈਣਾ ਐਂ ਕਰਨਾ ਪੈਣਾ ਤੈਨੂੰ ਪਤਾ ਆਪਾਂ ਆਪਦੇ ਘਰ ਨਹੀਂ ਲੜ ਸਕਦੇ ਇਸ ਚੀਜ਼ ਨਾਲ ਯਾਰ ਛੱਡੀ ਘਰ ਤਾਂ ਮੈਂ ਬਹੁਤ ਲੜਾਈ ਲੜੀ ਹੈ ਮੈਂ ਨਾ ਚਾਰ ਰੂਹ ਵਾਲੇ ਲਫ਼ਜ਼ ਸੁਣਾ ਵਾ ਹਾਂ ਸੁਣਾ ਥੋੜ੍ਹੇ ਦਾਤ ਦੂਤ ਦੇ ਇਸ ਤਰ੍ਹਾਂ ਨਾ ਬੈਠੇ ਭੋਗ ਦੇ ਕਾਰਡ ਵਰਗਾ ਮੂੰਹ ਲੈ ਕੇ ਬੰਦੇ ਨੇ ਪੜ੍ਹਨ ਜੀ ਨਹੀਂ ਕਰਦਾ ਕਿਤਾਬ ਨਾ ਥਮੇ ਸਾਰੀ ਕਹੋ ਵੀ ਬਕਵਾਸ ਹੈ ਨੀ ਕਿਤਾਬ ਆਹ ਸ਼ਬਦ ਯਾਰ ਮੈਨੂੰ ਤੇਰਾ ਦਿਮਾਗ ਨਾ ਸੋਚੇ ਐਡਾ ਤੇਰਾ ਮੂੰਹ ਹੈ ਯਾਰ ਮੈਂ ਐਡੇ ਮੂੰਹ ਵਾਲਾ ਬੰਦਾ ਨੀ ਦੇਖਿਆ ਜੇ ਪੰਜਾਬ 'ਚ ਕੋਈ ਹੋਰ ਹੋਵੇ ਦੱਸੋ ਆਪਾਂ ਨਾ ਪਹੁੰਚੇ ਸ਼ੂਟ ਕਰ ਰਹੇ ਸੀਗੇ ਉੱਥੇ ਜਿਹੜਾ ਪਹੁੰਚੇ ਸੀ ਨਿੱਕਾ ਜਿਹਾ ਨਿਆਣਾ ਲੈ ਆਪਾਂ ਨੂੰ ਚਲੋ ਆਏ ਹਾਂ ਵੀ ਸਹੀ ਦੇਣੀ ਕਹਿੰਦੇ ਸੁਣਦੇ ਰਹਿੰਦੇ ਹਾਂ ਵੀ ਲੱਗਣ ਲੱਗ ਗਿਆ ਵੀ ਹਾਂ ਵਾਕਈ ਮੂੰਹ ਵੱਡਾ ਉੱਥੇ ਜਵਾਕ ਨੇ ਵੀ ਕਹਿਤਾ ਉਹਨੇ ਪਰ ਇਹਦੀ ਪੱਗ ਵੱਡੀ ਕਹੀ ਸੀ ਨਹੀਂ ਨਹੀਂ ਉਹ ਡਰ ਗਏ ਨਹੀਂ ਪੱਗ ਬੰਨੀ ਉਹ ਪੱਗ ਤਾਂ ਕਹੀ ਉਹ ਨਾ ਡਰ ਗਿਆ ਵੀ ਜੇ ਮੂੰਹ ਦਾ ਕਹਿਤਾ ਕੁੱਟਣ ਦਾ ਹੈ ਤਾਂ ਮੂੰਹ ਦਾ ਵੱਡਾ ਉਹ ਜਵਾਕ ਬਸ਼ਰਮੀ ਐਡਾ ਸੀ ਹੁਣ ਚੱਕਰੀ ਕੋਈ ਨਹੀਂ ਸੀ ਹਾਂ ਲੋ ਚਾਰ ਸ਼ਬਦ ਸੁਣ ਲਓ ਯਾਰ ਤੁਸੀਂ ਮੈਂ ਬੇਇੱਜ਼ਤੀ ਕਰਨ ਦੀ ਕੋਈ ਫਾਇਦਾ ਨਹੀਂ ਕਹਿੰਦਾ ਉਦੋਂ ਬਸ ਰਹਿਣ ਲਈ ਇੱਕ ਕੋਠਾ ਹੀ ਹੁੰਦਾ ਸੀ ਜਿਸ ਦੇ ਉੱਤੇ ਤਾਰਿਆਂ ਦੀ ਛੱਤ ਹੁੰਦੀ ਸੀ ਕੋਈ ਦਾਦ ਨਹੀਂ ਹੈ ਯਾਰ ਬਕਵਾਸ ਹੈ ਪੜਨਾ ਓਏ ਮੈਂ ਕੋਠੇ 'ਚ ਪਹੁੰਚ ਗਿਆ ਸੀ ਉੱਥੇ ਓਏ ਸੁਣੋ ਭਾਜੀ ਸੁਣਾ ਯਾਰ ਜੇ ਇੰਨੇ ਵੱਡੇ ਪੇਜ 'ਚ ਅਸੀਂ ਦਾਦ ਦੇਣ ਲੱਗ ਗਏ ਨਹੀਂ ਮੈਂ ਸਾਰਾ ਨਹੀਂ ਪੜਨਾ ਸਾਰਾ ਨਹੀਂ ਪੜਨਾ ਸੁਣਾ ਸੁਣਾ ਚਾਰ ਲਾਈਨਾਂ ਦਾ ਪੜਨੀ ਆ ਅੱਛਾ ਚਲੋ ਕਮਾਲ ਸੀ ਇਹ ਤਾਂ ਬਹੁਤ ਵਧੀਆ ਬਹੁਤ ਹੌਸਲਾ ਮਿਲਦਾ ਯਾਰ ਵੈਸੇ ਆਏ ਨਹੀਂ ਪਸੰਦ ਵੀ ਨਾ ਅਸਲ ਦੇ ਇਹਨਾਂ ਨੇ ਸਪੈਸ਼ਲੀ ਕਿਹਾ ਸੀ ਕਹਿੰਦੇ ਜਿਹੜੀ ਮੈਂ ਤਸ਼ਵੀਹਾਂ ਹੈਨਾ ਵਰਤੀਆਂ ਨੇ ਵੀ ਉਹ ਸੁਣਨ ਵਾਲੀਆਂ ਨੇ ਚ ਪੜਨ ਵਾਲੀਆਂ ਨੇ ਚਲੋ ਚਲੋ ਸੁਣ ਲਿਓ ਕੁਛ ਇਹ ਕਿਆ ਹੋ ਗਿਆ ਕਹਿੰਦਾ ਉਦੋਂ ਬਸ ਰਹਿਣ ਲਈ ਕੋਠਾ ਹੀ ਹੁੰਦਾ ਸੀ ਜਿਸ ਦੇ ਉੱਤੇ ਤਾਰਿਆਂ ਦੀ ਛੱਤ ਹੁੰਦੀ ਸੀ ਉਹ ਛੱਤ ਜਿਸ
ਉਹ ਛੱਤ ਜਿਸ ਹੇਠ ਜਦੋਂ ਬੇਬੇ ਚਾਟੀ 'ਚ ਮਧਾਣੀ ਪਾਉਂਦੀ ਸੀ ਤਾਂ ਲੱਗਦਾ ਸੀ ਜਿਵੇਂ ਧਰਤੀ ਕੋਈ ਸੁਲੱਖਣਾ ਗੀਤ ਲੈ ਕੇ ਸਮੇਂ ਦੀ ਕਚਹਿਰੀ 'ਚ ਪੁੱਜੀ ਹੋਵੇ। ਕੀ ਬਾਤ ਹੈ। ਬੂਟੀਆਂ ਵਾਲਾ ਝੋਲਾ ਲੈ ਕੇ ਜਦੋਂ ਬਾਪੂ ਨੇ ਕਿਤੇ ਸਾਲ ਛਮਾਈ ਸ਼ਹਿਰ ਜਾਣਾ ਤਾਂ ਉਹ ਦਿਨ ਪਿੰਡ ਦੇ ਦੂਬੜੇ ਨੂੰ ਮੱਥੇ ਲਾਉਣ ਵਰਗਾ ਹੁੰਦਾ ਸੀ। ਦੂਬੜਾ ਨਾ ਕਈਆਂ ਨੂੰ ਸਮਝ ਨਹੀਂ ਆਉਂਦਾ, ਜੜਾਂ ਵਾਲਾ ਘਾਹ ਜਿਹੜਾ ਗੂੜਾ ਹਰਾ ਹੋਆ, ਉਹ ਆਦਮਾ ਨੂੰ ਦੂਬੜਾ ਕਹਾਂ, ਵਧਾਈ ਦਿੰਦੇ ਹਾਂ ਅਸੀਂ, ਦੁੱਬ ਕਹਿ ਦਿੰਦੇ ਹਾਂ, ਦੂਬੜਾ ਵਧਾਈ ਨਹੀਂ ਦਿੰਦੇ। ਹਾਂ ਦੁੱਬ। ਕਹਿੰਦਾ ਉਹ ਦਿਨ ਪਿੰਡ ਦੇ ਦੂਬੜੇ ਨੂੰ ਮੱਥੇ ਲਾਉਣ ਵਰਗਾ ਹੁੰਦਾ ਸੀ, ਜਿਸ ਦੀ ਛੋਹਣ ਪੂਰੀਆਂ ਸੱਧਰਾਂ ਦਾ ਖੂਹ ਗੇੜਦੀ ਸੀ। ਜਦੋਂ ਆਥਣ ਨੂੰ ਬੇਬੇ ਦੁੱਧ ਵਰਤਾਉਂਦੀ ਸੀ ਤਾਂ ਚੁੱਲ੍ਹੇ 'ਤੇ ਗੱਲਾਂ ਦੇ ਜਿਹੇ ਗੱਡੇ ਜੁੜਦੇ ਸਨ, ਲੱਗਦਾ ਸੀ ਜਿਵੇਂ ਉਹਨਾਂ ਦੀ ਲੀਹ ਦੀ ਮਿੱਟੀ ਚੁੱਕਣ ਲਈ ਚੰਨ ਵੀ ਪੀੜ੍ਹੀ 'ਤੇ ਆ ਬੈਠਾ ਹੋਵੇ। ਕੀ ਬਾਤ ਹੈ, ਕੀ ਬਾਤ ਹੈ, ਦਾਤ ਦੇ ਦੇ ਉਹਨੂੰ ਤੁਸੀਂ। ਫਿਰ ਜ਼ਿੰਦਗੀ ਦੇ ਸਿਆਲ 'ਚ ਹੀ ਤਰੱਕੀ ਦੀਆਂ ਅਜਿਹੀਆਂ ਤੱਤੀਆਂ ਲੂਹਾਂ ਚੱਲੀਆਂ ਕਿ ਉਹਨਾਂ ਨੇ ਬਾਪੂ ਦੇ ਬੂਟੀਆਂ ਵਾਲੇ ਝੋਲੇ ਦੇ ਸਾਰੇ ਮੋਰ ਤੋਤੇ ਲੂਹ ਕੇ ਰੱਖ ਦਿੱਤੇ। ਤਾਰਿਆਂ ਦੀ ਛੱਤ ਪੱਥਰਾਂ ਦਾ ਪਰਚਾ ਉਹ ਨਿਬੜੀ, ਜਿਸ 'ਤੇ ਸਮੇਂ ਨੇ ਬੇਬੇ ਦੀ ਚਾਟੀ ਦੇ ਠਿੱਕਰਿਆਂ ਨਾਲ ਗੱਲਾਂ ਦੇ ਗੱਡਿਆਂ ਦੇ ਕਬਰਸਤਾਨ ਦੀ ਗਾਥਾ ਲਿਖੀ। ਜਦੋਂ ਗੱਲਾਂ ਦੇ ਗੱਡੇ ਨਾ ਰਹੇ ਫਿਰ ਗਡੀਰਿਆਂ ਦੀ ਕਿਸੇ ਨੇ ਬਾਤ ਪੁੱਛਣੀ ਸੀ। ਗਡੀਰੇ ਚਲਾਉਣ ਵਾਲੇ ਕੱਚੀਆਂ ਕੰਧਾਂ ਤੋਂ ਟੌਮ ਐਂਡ ਜੈਰੀ ਦੇ ਯੁੱਗ ਤੱਕ ਜਾ ਪੁੱਜੇ, ਜਿੱਥੇ ਦੇਸੀ ਕੁੱਕੜਾਂ ਦੇ ਬਾਂਗਾਂ ਦੇਣ 'ਤੇ ਜੁਰਮਾਨਾ ਹੁੰਦਾ ਹੈ। ਬਹੁਤ ਸੋਹਣਾ, ਉਹੀ ਕਾਨਵੈਂਟ ਵਾਲੇ। ਹੁਣ ਆ ਜਾਓ ਬੀਬੀਆਂ ਵੱਲ। ਉਦੋਂ ਜਦੋਂ ਕਲੀਰਿਆਂ ਵਾਲੀ ਰਕਾਨ ਪਿੰਡ ਦੀਆਂ ਗਲੀਆਂ 'ਚ ਗੇੜਾ ਕੱਢਦੀ ਸੀ ਤਾਂ ਪਿੰਡ ਦੀਆਂ ਸੱਥਾਂ ਦਾ ਰੰਗ ਵੀ ਗੁਲਾਬੀ ਹੋ ਜਾਂਦਾ ਸੀ। ਬਹੁਤਿਆਂ ਨੇ ਉਸਦਾ ਮੂੰਹ ਨਹੀਂ ਸੀ ਵੇਖਿਆ ਹੁੰਦਾ, ਪਰ ਕਈ ਰੋਹੀ ਦੇ ਰੁੱਖਾਂ ਨੂੰ ਰਾਤ ਨੂੰ ਉਸਦੇ ਸੁਪਨੇ ਆਉਂਦੇ ਸੀ। ਜਿਨ੍ਹਾਂ ਨੇ ਕੰਧ ਉਹਲੇ ਉਹਦਾ ਹਾਸਾ ਸੁਣਿਆ ਸੀ ਉਹ ਕਹਿੰਦੇ ਸੀ ਲੱਗਦਾ ਜਿਵੇਂ ਦਰਿਆ ਦੀ ਕੋਈ ਲਹਿਰ ਸਮੇਂ ਦੇ ਸੁੰਨੇ ਵਿਹੜਿਆਂ 'ਚ ਪੁੰਨਿਆਂ ਦੇ ਚਾਨਣ ਦਾ ਅਰਗ ਲੈ ਕੇ ਪੁੱਜੀ ਹੋਵੇ। ਫਿਰ ਪਤਾ ਹੀ ਨਾ ਲੱਗਾ ਕਦੋਂ ਕਿੱਕਲੀ ਪਾਉਂਦੀ ਰਕਾਨ ਦੇ ਸੱਗੀ ਫੁੱਲ 'ਤੇ ਘੱਗਰੇ ਕਿਸੇ ਪੱਛਮ ਦੀਆਂ ਕਿੱਲੀਆਂ ਨਾਲ ਅੜਨ ਲੱਗ ਪਏ, ਅਤੇ ਉਸਨੇ ਉਹ ਕਿੱਲੀਆਂ ਪੱਟਣ ਦੀ ਥਾਂ ਆਪਣੇ ਘੱਗਰੇ ਹੀ ਉਹਨਾਂ ਕਿੱਲੀਆਂ 'ਤੇ ਟੰਗ ਦਿੱਤੇ। ਗਲੀਆਂ ਦੇ ਇੱਟ ਨੂੰ ਚੁਬਾਰੇ ਲਾਉਣ ਵਰਗੇ ਉਸਦੇ ਵਡਾਰੂਆਂ ਦੇ ਧੁਰ ਦਰਗਾਹ ਵਰਗੇ ਬੋਲ ਉਸਨੂੰ ਮੇਲੇ ਦੇ ਉਸ ਚੰਡੋਲ ਵਰਗੇ ਲੱਗਣ ਲੱਗ ਪਏ, ਜਿਹੜਾ ਮੇਲਾ ਮੁੱਕਣ ਤੋਂ ਬਾਅਦ ਕਿਸੇ ਨੂੰ ਹਲਾਰਾ ਨਹੀਂ ਦਿੰਦਾ। ਬਹੁਤ ਕਮਾਲ ਸੀ, ਬਿਲਕੁਲ। ਸੋ ਬਈ ਕਮਾਲ, ਆਪਣੀ ਬੋਲੀ ਹੈ ਨਾ ਜਿਹੜੀ, ਅਸੀਂ ਚੁੱਪ ਹੋ ਗਏ ਪਤਾ ਯਾਰ। ਮੈਂ ਨਾ ਮੈਂ ਦੱਸਾਂ ਵੀ ਸ਼ਬਦ ਆ ਜਿਹੜੇ, ਮੈਂ ਇੱਕ ਮਾਣ ਕਰਕੇ ਨਹੀਂ ਕਹਿੰਦਾ ਨਾ ਕਿਸੇ ਹੰਕਾਰ ਕਰਕੇ, ਉਹ ਬਾਤ ਕਹਿ ਰਿਹਾ ਜਿਸ ਤਰ੍ਹਾਂ ਆਮ ਬੰਦਾ ਕੋਈ ਵੀ ਕੋਈ ਬੋਲੀ ਬੋਲ ਰਿਹਾ ਤਾਂ ਬਹੁਤ ਔਖਾ ਹੈ ਵੀ ਮੇਰੇ ਮੂੰਹ 'ਤੇ ਅੰਗਰੇਜ਼ੀ ਦਾ ਸ਼ਬਦ ਨਿਕਲ ਜੇ। ਮੈਂ ਇਹ ਚੀਜ਼ ਸਾਰਿਆਂ ਨੂੰ ਵੀ ਦੱਸਣਾ ਚਾਹੁੰਦਾ ਵੀ ਤੂੰ ਅੰਗਰੇਜ਼ੀ ਨਹੀਂ ਬੋਲਦਾ, ਆ ਜਦੋਂ ਊਂ ਬੋਲਦਾ ਤਾਂ ਬੋਲੀ ਜਾਂਦਾ, ਚੱਲ ਆਈ ਐਮ ਹੈਲੀ ਇੰਟਰੈਕਟਿਵ ਟਾਈਪ, ਉਹ ਨਹੀਂ ਬੋਲਦਾ। ਬਾਈ ਨੇ ਵੀ ਲਿਖਿਆ ਸੀ ਨਾ ਵੀ ਇਹਨਾਂ ਨੇ ਚੱਕ ਕੇ ਕਰਤਾ। ਹਾਂ ਸੱਚ, ਉਹ ਮੈਂ ਸ਼ਬਦ ਦੀ ਗੱਲ ਕਰ ਰਿਹਾ, ਪਰ ਪਤਾ ਕਿਆ ਇਹ ਨਾ ਜਾਗ ਕੇ ਪਹਿਰਾ ਦੇਣਾ ਪਵਾ ਆਪਣੇ ਸ਼ਬਦਾਂ ਪਰ, ਜਿਸ ਤਰ੍ਹਾਂ ਨਹੀਂ ਤਾਂ ਆਮ ਹੀ ਫਿਰ ਉਹ ਗੱਲ ਆ ਜਾਂਦੀ ਹੈ। ਅੱਜ ਅਸੀਂ ਸ਼ੋਪਿੰਗ ਲਈ ਗਏ ਸੀ ਮਾਰਕੀਟ, ਉੱਥੇ ਨਾ ਅਸੀਂ ਸੂਟ ਟਰਾਈ ਕੀਤੇ ਪਰ ਮਸਟਰਡ ਕਲਰ ਲਾਈਕ ਦੈਟ ਬਹੁਤ ਵਧੀਆ ਸੀਗਾ, ਅਤੇ ਬਾਅਦ 'ਚ ਅਸੀਂ ਮੈਕਡੀ ਅਤੇ ਮੈਕਡੋਨਲਡ ਦੇ ਵਿੱਚ ਕੀਤਾ। ਪਹਿਲੀ ਕਿਤਾਬ ਮੈਂ ਇੰਨੇ ਰੰਗ ਲਿਖੇ ਤੇ ਉਹ ਤਾਂ ਘੀਆ ਕਪੂਰੀ ਫਲਾਣਾ, ਉਹ ਰੰਗ ਤਾਂ ਸੁਣੇ ਨੀ ਕਿਸੇ ਨੇ, ਪਰ ਆਪਾਂ ਵਰਤਦੇ ਨਾ। ਸੋ ਆਪਣਾ ਮਸਲਾ ਉਹੀ ਹੈ ਵੀ ਆਪਾਂ ਯਾਰ, ਮੈਂ ਨਾ ਲਾਹੌਰ ਗਿਆ, ਪਰਲੇ ਪੰਜਾਬ ਮਾ ਸਫਾਈ ਕਰਤੀ ਆ ਪੰਜਾਬੀ ਕੀ, ਉਹਨਾਂ ਨੇ ਸੁਹਾਗਾ ਚਲਾ ਤਿਆ ਆਪਣੇ, ਜਿਹੜਾ ਆਪਣੇ ਮੋਬਾਈਲ ਰੱਖਿਆ ਨਾ ਰਾਣਾ, ਥੋੜ੍ਹੇ ਟਾਈਮ ਨੇ ਕੰਮ ਕਰਿਆ ਬਾਈ ਨੇ, ਉਹ ਉਹਨਾਂ ਨੇ ਇੱਕ ਸੱਭਿਆਚਾਰਕ ਦਿਹਾੜਾ ਮਨਾਉਣ ਵਾਸਤੇ ਨਾ ਪਰਲੇ ਪੰਜਾਬ ਮਾ ਬਰਲਾਪ ਕਰ ਰਿਹਾ, BBC ਨੇ ਰਿਪੋਰਟ ਵੀ ਕਰੀ ਤੀ, ਚੌਂਕੇ ਵਿੱਚ ਖੜ੍ਹ ਕੇ ਮਤਲਬ ਕਿ ਜੋਸ਼ ਕੇ ਵਿੱਚ ਬੋਲ ਰਿਹਾ ਵੀ ਮੈਨੂੰ ਮੇਰੀ ਬੋਲੀ ਨਹੀਂ ਬੋਲਣ ਦਿੰਦੇ, ਮੈਨੂੰ ਪੜ੍ਹਨ ਨਹੀਂ ਦਿੰਦੇ। ਪਰਲੇ ਪੰਜਾਬ ਦੇ ਵਿੱਚ ਇਹ ਹਾਲ ਹੈ, ਬਲੋਚਿਸਤਾਨ ਦਾ ਬੰਦਾ ਉਹ ਬੋਲ ਰਿਹਾ ਤਾਂ ਜਦੋਂ ਵੀ ਮੁੱਖ ਮੰਤਰੀ ਲਾਇਆ ਵਾ, ਅਤੇ ਬਲੋਚਿਸਤਾਨ ਵਾ ਇਹ ਹੈ ਵੀ ਬੱਸ ਕੇ ਵਿੱਚ ਤਾਂ ਤਾਰ ਕੇ ਪੁੱਛਦੇ ਹਾਂ ਵੀ ਆਪਣਾ ਕਾਰਡ ਦਿਖਾਓ, ਉੱਥੇ ਬਣੇ ਵੀ ਨਾ ਜਿੱਦਾਂ ਆਧਾਰ ਕਾਰਡ ਹੈ, ਕਹਿੰਦੇ ਜੇ ਪੰਜਾਬੀ ਕੀ ਹੋਵੇ ਵੀ ਪੰਜਾਬ ਹੈਗਾ ਉਹਦਾ ਗਲ ਪੜ ਦਿੰਦੇ ਹਾਂ, ਅਤੇ ਕਹਿੰਦਾ ਸਾਡਾ ਮੁੱਖ ਮੰਤਰੀ ਲਾ ਰੱਖਿਆ ਬਲੋਚੀ, ਅਤੇ ਪਾਕਿਸਤਾਨ ਦੀ ਜਿਹੜੀ ਵਿਧਾਨ ਸਭਾ ਹੈ ਜੋ ਵੀ ਕਾਨੂੰਨ ਘਾੜੀ ਸੱਤ ਉਸਨੂੰ ਪੰਜਾਬੀ ਬੋਲਣੇ ਪਰ ਪਾਬੰਦੀ ਹੈ, ਉਹਨਾਂ ਨੇ ਸੁਹਾਗਾ ਫੇਰਿਆ। ਅਤੇ ਇੱਧਰੋਂ ਫਿਰ ਗੁਰਦਾਸ ਮਾਨ ਵਾਲੀ ਗੱਲ ਆਉਂਦੀ, ਉਰੇ ਕੈਪਟਨ ਅਮਰਿੰਦਰ ਸਿੰਘ ਜੀ ਮਹਾਰਾਜ ਜਿਹੜੇ ਪਟਿਆਲਾ ਰਿਆਸਤ ਕੇ ਫਰਜੰਦ ਦੇ, ਪੰਜਾਬੀ ਦੇ ਉੱਪਰ ਸਭ ਤੋਂ ਬੜੀ ਤਬਾਹੀ ਉਹ ਬੰਦਾ ਮਚਾ ਕੇ ਗਿਆ, ਕਹਿੰਦੇ ਉਹ ਬੰਦੇ ਨੇ ਕੋਈ ਕੰਮ ਨਹੀਂ ਕਰਿਆ, ਉਹ ਬੰਦਾ ਕੰਮ ਕਰ ਗਿਆ, ਪਟਿਆਲਾ ਰਿਆਸਤ ਨੇ ਜਿਹੜੇ ਕੰਮ ਕਰੇ ਉਹ ਇਤਿਹਾਸ ਦੇ ਵਿੱਚ ਉਹਨਾਂ ਨੇ ਉਸਨੂੰ ਪੂਰਾ ਅੱਗੇ ਲੈ ਕੇ ਗਿਆ, ਅਤੇ ਸਰਕਾਰੀ ਸਕੂਲਾਂ ਵਿੱਚ ਸੁਹਾਗਾ ਚਲਾਕ ਹੈ ਯਾਰ। ਮੈਂ ਨਾ ਇੰਨੀ ਵਧੀਆ ਅੰਗਰੇਜ਼ੀ ਜਾਣਾ, ਤੁਹਾਨੂੰ ਪਤਾ ਹੀ ਹੈ, ਯੂ ਨੋ ਆਈ ਨੋ ਮੈਨ, ਅਤੇ ਮੈਨੂੰ ਕੋਈ ਬੰਦਾ ਉਰੇ ਬੈਠ ਕੇ ਚਾਰਲਸ ਡਾਰਵਿਨ ਦੀ ਥਿਊਰੀ ਅੰਗਰੇਜ਼ੀ ਦੇ ਵਿੱਚ ਪੜ੍ਹਾਉਣ ਲੱਗ ਜਾਏ, ਇੰਨੀ ਮੇਰੀ ਉਮਰ ਹੋ ਗਈ ਯਾਰ, ਮੇਰਾ ਦਿਮਾਗ ਉਹ ਕਈ ਵਾਰ ਕਿਆ ਬਕਵਾਸ ਹੈ, ਬਿਲਕੁਲ। ਅਤੇ ਚੌਥੀ ਵਾਲੇ ਨਿਆਣੇ ਨੂੰ ਸਾਇੰਸ ਅੰਗਰੇਜ਼ੀ ਮੈਂ ਸਮਾਜਿਕ ਅੰਗਰੇਜ਼ੀ ਮੈਂ ਪੜ੍ਹਾਈ ਜਾ ਰਹੀ ਹੈ। ਚਲੋ ਛੱਡੋ, ਮੈਂ ਅਫਜ਼ਲ ਸਾਹਿਰ ਨੂੰ ਮਿਲਿਆ, ਉਹਨੇ ਪਾਕਿਸਤਾਨ ਦੀ ਵਾਰ ਲਿਖੀ, ਕੁਦਰਤੀ ਨਾ ਮੈਂ ਬੈਠੇ ਤੇ ਅਤੇ ਅਫਜ਼ਲ ਸਾਹਿਰ ਆ ਕੇ ਬੈਠ ਗਿਆ, ਬਹੁਤ ਮਸ਼ਹੂਰ ਹੈ ਉਹ ਸਾਰਿਆਂ ਨੇ ਪਾਕਿਸਤਾਨ ਦੀ ਵਾਰ, ਅਤੇ ਉਹ ਮੇਰੇ ਇੱਕ ਦੋਸਤ ਕਹਿੰਦਾ ਯਾਰ ਤੂੰ ਇਹਦਾ ਰੇਡੀਓ 'ਤੇ ਬੋਲਦਾ, ਰੇਡੀਓ ਬਹੁਤ ਚੱਲਦਾ, ਕਹਿੰਦਾ ਹਾਂ ਮੈਂ ਅਫਜ਼ਲ ਸਾਹਿਰ ਹਾਂ। ਫਿਰ ਉਹਨੇ ਉਹ ਵਾਰ ਮੇਰੇ ਸਾਹਮਣੇ ਗਾਈ, ਨੈੱਟ ਪਰ ਪਈ ਹੈ, ਸਾਰੇ ਸੁਣਿਓ,
पाकिस्तान जो पंजाब है ना मुसलमानों वास्ते जन्नत कही गई है तो वो सा मारे सारे पंजाबियों पर लागू हज मारी सारे की उही हालत है पहला परला पंजाब लहदा करिया हूँ हिमाचल हरियाणा चंडीगढ़ भी चले गया हूँ वो अंदर धक्कते आ रहे हैं सारा कुछ कॉन्वेंट स्कूल है ना जोड़े वो थानू थारे खिलाफ़ घट्ट गिणती में कर रहे सारा कुछ थारे न्याणे ही थारे खिलाफ़ बोलेंगे देखे तो अभी जी अगली पीढ़ी है वो कहेगी वी नॉट अंडरस्टैंड व्हाट यू टॉकिंग अबाउट खाली हो रहे हैं कनेडा पहुँच के नहीं नहीं वो भी छड्ड दूँ वो तो खाली हो रहे हैं जेड़ा आ उरे बंदे उरे जेड़ा बोलेगा तू समझ नहीं आना तेरे वो कह रहे की बोली जा रहा तू जिम्मे थोड़े मालवे के शब्द हैं कहीं बड़े डूंगे तो उन्होंने समझ नहीं आने तो अफजल सायर उत्थे बैठा था वो चार लफज हैं कहना असी खड़े खलोते कंब गए परछावें बदले वो साढ़े अपने पटवारी हाँ वो एक एक शब्द वा इन्नी ज़्यादा मतलब कि उन्हें बरला रूह है भी रोह है वो साढ़े अपने पटवारी हाँ साढ़े नावें बदले कहना सज्जा हाथ विखा के सानू मारी सुखबी वो असी जन्नत वल नू नठ पए ते दोजक लब्बी वो दोजक है उन्हां वास्ते जिथे उन्हां की बोली खोली उन्हां की जबान उन्हां की पछाण खोली कहना असी अखां मल मल वेखीए कि खेडां होईआं वो किते शेरां वर्गे सूरमे अज भेडां होईआं सो अज आपां पंजाबी जिन्नी मर्जी बड़कां मारी जाओ भी हमें बड़े फलाना विरसा है मारा पर अज अपनी भेडां ते भी माड़ी हालत है इक दो हाँ जी नाराज ना हो शुरू लिखता कहना भी होर चक्कर पै गया भी माहौल भी खत्म हो रहा हरेक बंदा उस चीज नूं मतलब मैं तेरे बारे जानदा ते एक बंदा तो बहुत ज्यादा मैनूं दुख भी होया बंदे ने लिखता भी काटा है जबकि मेरा लिखने का मतलब किसी का मजाक उड़ाना नहीं था लिखने का मतलब एक उसकी जिंदगी की जी बड़ी ना दिलचस्पी की है जो सारे ही बंदे सियाने हुए सारे ही बंदे समझदार हुए तो वधिया नौकरी करी तो जिंदगी की है लिखण नूं जिंदगी तो वह है जिहड़ा कल गधे हक रहा था अज कहिंदा सो टुडे वी आर गोइंग टू सैलीब्रेट हाउ वी सर्च द मूनलाइट वो बंदे बारे लिखा तो वह बंदे तो यार मैंने लग्या भी बंदे इस तरह नहीं करना चाहिए किसी ने नीमा दिखाने वास्ते नहीं लिखा जाता लिखा मैं यार जड़ी गल्ला मैं तन्नू माहौल मैं कह रहा जी मैं लिखती हूँ तेरा क्या बिक जाएगा लिखा ही है नहीं कट दिया जलूस मैं ऐसे दे दे सर्बी बारे लिखा भी मालवे दे टिब्बिया का रहने वाला तो किसी चंगे टिब्बे जिड्डा ही उहदा मूँह है तो गुस्से वाला क्या मतलब है तो बंदा खुश होया भी मेरे मूँह बारे कहना अज तक यह जी तस्वीर नहीं आई बड़ा तो बहुत ने कहा मूँह बड़ा है पर कहना भी एडा वा भी एक टिब्बे जिडा कहना यह अज पहली बार मैं पता लगे माण महसूस कर नहीं अगला तसब्बर कर सकता है भाजी चीज लिखी गई लिख के लोगों के हाथों च चली गई उन्होंने माण ही महसूस कर सकता नहीं जो है ना लैपटॉप मैंने पढ़ा देता करी आने लैपटॉप से वो तो मैंने दसता सी इन्हें मैं क्या बात है खुशी हुई माण ये दसो भी यह किताब जो किसी ने मंगवानी हो कितने कितने उपलब्ध है तो या फिर कितने कितने संपर्क करके मंगवा देखो जी शाह है पंजाबी यूनिवर्सिटी के सामने शाह किताब घर मैं शाह नूं कहा मैं शाह यार भी किताब बेच दे फटाफट कहिंदा क्यों मैं तेरे बारे भी लिखा यार तू बेच दे कहिंदा यार अजीब लगता किसी नूं कहना भी मेरे बारे लिखे इस करके पढ़ कहिंदा नहीं मैं चल तू ही बेच दी भी किताब च ना यार टपलियां बहुत है टपल शब्द है ना बहुत माझे शायद वरतते हैं भाई किताब पढ़ के किसी ये अकलड़ में गल कर दें भी बंदे ना घट्टो घट इन्ना जरूर है भी थोड़ी देर लिए खुशी मिलेगी शांति हासी चंग्याड़ा मिलेगा तो शाह तो ले सकता होर भी कई जगह लुधियाने जलंधर अमृतसर भी गई है तो शाह तो घर ही भेज दे किताब शाह होर का नंबर भी जो आप बोल दी शाह नंबर देखा देना भाई है ना क्योंकि कई बार यह होंगे भी बहुत इंटरनेट नहीं भी वरतते होंगे लिख देंगे नहीं थले हाँ चलो आप इस प्रोग्राम भी लिख देंगे तो सो किताब के बारे एक होर गल मैं कह दिया सवाल थारा हो गया बड़े चिबकड़ इंटरव्यू हो रही है ना कोई हो दस्यो नहीं नहीं
ਸੰਗਤ ਬਣ ਕੇ ਨਹੀਂ ਨਹੀਂ ਮੈਂ ਥਾਰੇ ਸਾਰੇ ਸ਼ਬਦ ਦੇਖੋ ਮੈਂ ਬੜੀ ਥਾਰੇ ਨਾ ਮੈਂ ਸਾਰੇ ਮੈਨੂੰ ਪਤਾ ਵੀ ਹਮਲਾ ਕਰੇਂਗੇ ਤੇ ਮੈਂ ਉਹ ਪਹਿਲਾਂ ਹੀ ਰੋਕ ਲਿਆ ਵੀ ਮੈਂ ਤਾਂ ਆਪ ਸਹਿਮਤ ਨਹੀਂ ਜਾਂਦੀ ਨਾ ਆਪਾਂ ਹੁਣ ਥੰਬਨੇਲ ਇਹ ਦਵਾਂਗੇ ਵੀ ਪੱਤਰਕਾਰ ਚੱਲਦੀ ਇੰਟਰਵਿਊ ਚ ਸੰਗਤ ਚ ਤਬਦੀਲ ਹੋਏ ਮਨਜੀਤ ਭਾਜੀ ਇੱਕ ਗੱਲ ਪਹਿਲਾਂ ਪੱਤਰਕਾਰ ਲੱਗ ਗਿਆ ਇੱਕ ਹੋਰ ਵੀ ਆਂਦੀ ਅੱਜ ਕੱਲ ਪੱਤਰਕਾਰ ਲੱਗ ਗਿਆ ਰੋਣ ਇੱਕ ਗੱਲ ਸੁਣੋ ਪੱਤਰਕਾਰ ਉਹ ਵੀ ਲੱਗ ਜਾਣੀ ਮੇਰੀ ਗੱਲ ਸੁਣੋ ਪਲੀਜ਼ ਪਹਿਲਾਂ ਕਿਰਪਾ ਕਰਕੇ ਮੇਰੀ ਗੱਲ ਸੁਣੋ ਮੈਂ ਕਿਹਾ ਮੈਂ ਕਿਤਾਬ ਨਾ ਇਹ 3 ਘੰਟੇ ਚ ਪੜ੍ਹ ਲਈ ਸੀਗੀ ਤੇ ਜਦੋਂ ਮੈਨੂੰ ਕੱਲ੍ਹ ਗੁਰਦੀਪ ਨੇ ਕਿਹਾ ਵੀ ਆਪਾਂ ਮਨਜੀਤ ਭਾਜੀ ਨਾਲ ਕਿਤਾਬ 'ਤੇ ਕੱਲ੍ਹ ਨੂੰ ਗੱਲ ਕਰਨੀ ਹੈ ਨਾ ਤਾਂ ਮੈਂ ਰਾਤ ਦੁਬਾਰਾ ਫਿਰ ਸੋਚਿਆ ਵੀ ਮੇਰੇ ਕੋਲ ਕਿਤਾਬ ਨਹੀਂ ਹੈਗੀ ਕਿਉਂਕਿ ਸਰਬਜੀਤ ਭਾਜੀ ਲੈ ਗਏ ਸੀਗੇ ਕਿਤਾਬ ਵੀ ਮੈਂ ਸਵਾਲ ਤਾਂ ਕੋਈ ਤਿਆਰ ਹੀ ਨਹੀਂ ਕੀਤੇ ਪਰ ਮੈਨੂੰ ਹੁਣ ਪਤਾ ਲੱਗਿਆ ਲੋੜ ਹੀ ਨਹੀਂ ਸੀ ਸਹੀ ਹੈ ਚੰਗਿਆੜਾ ਹੈ ਅਤੇ ਮੈਂ ਤੁਹਾਨੂੰ ਗੱਲ ਜਿਹੜੀ ਸੁਣਾਵਾਂ ਵੀ ਕਿਤਾਬ ਦੇ ਬਾਰੇ ਨਾ ਇੱਕ ਰੌਲਾ ਬਹੁਤ ਪੈਂਦਾ ਵੀ ਕਿਤਾਬ ਮਹਿੰਗੀ ਹੈ ਪੰਜਾਬ ਮਾ ਬਹੁਤ ਚੱਕਰ ਪੈਂਦਾ ਅਸਲ 'ਚ ਨਾ ਕਿਤਾਬ ਤਾਂ ਹਰਪ੍ਰੀਤ ਕਾਲੋ ਆਪਣੇ ਭਾਅ ਜੀ ਉਹਨਾਂ ਬਾਰੇ ਵੀ ਬਹੁਤ ਕਮਾਲ ਦੀਆਂ ਗੱਲਾਂ ਬਹੁਤ ਸੋਹਣੀਆਂ ਉਹ ਬਾਈ ਕਰਕੇ ਕਿਤਾਬ ਥੋੜ੍ਹੀ ਜਿਹੀ ਭਾਰੀ ਹੈ ਕਿਉਂਕਿ ਹਰਪ੍ਰੀਤ ਕਾਲੋ ਦਾ ਜ਼ਿਕਰ ਨਾ ਹੋਵੇ ਯਾਰ ਅਸੀਂ ਹਰਮਨ ਰੇਡੀਓ ਪਰ ਇਕੱਠੇ ਰਹੇ ਗੁਰਦੀਪ ਵੀ ਹੁੰਦੇ ਤੇ ਯਾਰ ਮੈਨੂੰ ਨਾ ਹਰਪ੍ਰੀਤ ਕਾਲੋ ਐਂ ਬੰਦਾ ਲੱਗਿਆ ਫਿਰ ਤੁਸੀਂ ਕੀਤਾ ਨਹੀਂ ਜੇ ਆਪਾਂ ਉਦੋਂ ਤੋਂ ਇਕੱਠੇ ਹਾਂ ਨਹੀਂ ਫਿਰ ਉਹ ਫੈਮਿਲੀਜ਼ਮ ਕਿਹੜਾ ਜਿਵੇਂ ਉਹ ਆ ਜਾਂਦਾ ਇਹਨੇ ਇਹ ਗੱਲ ਕਹੀ ਹੈ ਕਹਿੰਦਾ ਵੀ ਕਿਤਾਬਾਂ ਬਹੁਤ ਹੈ ਅੱਗੇ ਕਾਰ ਲੈਣ ਜਾਵਾਂ ਬੰਦਾ ਕਹਿੰਦਾ ਵੀ ਕਾਰ ਕਿੰਨੇ 10 ਲੱਖ ਦੀ ਉਹ ਕਹਿੰਦਾ ਵੀ ਕੋਸਟ ਇਜ਼ ਨਾਟ ਅ ਮੈਟਰ ਵੀ ਵਾਂਟ ਅ ਲੇਟੈਸਟ ਸੁਪਰ ਮਾਡਲ ਉਹ ਕਹਿੰਦਾ ਸਰ ਸੁਪਰ ਮਾਡਲ ਇਜ਼ ਕੋਸਟਲੀ ਨਹੀਂ 50,000 ਮੋਰ ਇਟਸ ਨਾਟ ਅ ਮੈਟਰ ਮੈਟਰ ਇਜ਼ ਵੀ ਹੈਵ ਵਨ ਸਨ ਐਂਡ ਹੀ ਇਜ਼ ਵਾਂਟ ਟੂ ਇੰਜੋਏ ਸੋ 10 ਲੱਖ ਵਾਲੀ ਕਾਰ ਜੇ ਅਗਲਾ ਕਹਿੰਦਾ ਵੀ 10.5 ਦੀ ਹੈ ਜਾਂ 12 ਲੱਖ ਦੀ ਹੈ ਕਦੇ ਕਿਸੇ ਨੇ ਕਿਹਾ ਵੀ ਕਾਰ ਮਹਿੰਗੀ ਹੋ ਗਈ ਕਿਉਂਕਿ ਆਪਾਂ ਉਸ ਚੀਜ਼ ਨੂੰ ਚਾਹਾਂ ਜਿਹੜੀ ਚੀਜ਼ ਨੂੰ ਮੈਂ ਚਾਹਾਂ ਉਹ ਚਾਹੇ ਕਿੰਨੇ ਕੀ ਹੈ ਮੈਂ ਲੈ ਕੇ ਹਟਾਂਗਾ 5,000 ਦੇ ਬੂਟ ਹੈ ਨਹੀਂ 10,000 ਦੀ ਪੈਂਟ ਪਾ ਰਹੇ ਹੈ ਅਤੇ ਕਿਤਾਬ ਦਾ ਮਹਿੰਗੀ ਦਾ ਵੀ ਮੈਂ ਚਾਹੁੰਦਾ ਨਹੀਂ ਹੈਗਾ ਕਿਤਾਬ ਤਾਂ 1,00,000 ਦੀ ਵੀ ਸਸਤੀ ਹੈ ਜੇਕਰ ਮੈਂ ਚਾਹ ਰਿਹਾ ਠੀਕ ਹੈ ਨਾ ਕਿਤਾਬ ਛਪੀ ਹੈ ਬਹੁਤ ਕਮਾਲ ਦੀ ਉਹਦਾ ਹੈ ਤਾਂ ਅੰਗਰੇਜ਼ੀ ਦੇ ਵਿੱਚ ਲੋਸਟ ਹੈਰੀਟੇਜ ਪਾਕਿਸਤਾਨ ਦੇ ਜਿਹੜੇ ਆਪਣੇ ਗੁਰਧਾਮ ਰਹਿ ਗਏ ਉਹਦੀ ਹੈ ਪਰ ਯਾਰ ਉਹਦੀ ਜਿਹੜੀ ਤਸਵੀਰ ਮੂਰਤਾਂ ਬੰਦੇ ਨੇ ਖਿੱਚੀਆਂ ਜੋ ਕੁਛ ਲਿਖਿਆ ਉਹ ਕਿਤਾਬ ਹੈਗੀ ਹੈ 2,500 ਦੀ 3,000 ਰੁਪਏ ਦੀ ਪਰ ਯਾਰ ਉਹਦਾ 3,000 ਦਾ ਇੱਕ ਬੂਟ ਪਾਉਂਦਾ ਬੰਦਾ ਅਤੇ ਕਿਤਾਬਾਂ ਕਦੇ ਵੀ ਮਹਿੰਗੀਆਂ ਨਹੀਂ ਹੁੰਦੀਆਂ ਆਪਾਂ ਚਾਹੁੰਦੇ ਨਹੀਂ ਹੈਗੇ ਇਸ ਕਰਕੇ ਰੌਲਾ ਅਤੇ ਉਰੇ ਮੋਬਾਈਲ ਅੱਜ ਕੱਲ੍ਹ ਤਾਂ ਆਮ ਹੈ ਥੋੜ੍ਹੇ ਦਿਨ ਪਹਿਲਾਂ ਗੁਰਦੀਪ ਕਹਿ ਰਹੀ ਸੀ ਵੀ ਮੈਂ ਮਤਲਬ ਕਿ ਉਸ ਤੋਂ ਵੱਡਾ ਜਿਹੜਾ ਹੈਗਾ ਮਾਡਲ ਲੈਣਾ ਅਤੇ 1,00,000 ਦਾ ਮੈਂ ਕਿਹਾ ਵੀ ਜੇ ਕਿਤੇ ਆਉਂਦਾ ਹੀ ਮੇਰੇ ਤੋਂ ਡਿੱਗ ਪੈਂਦਾ ਤਾਂ 1,00,000 ਗਿਆ ਖੂਚ ਨਹੀਂ ਨਹੀਂ ਮੇਰੀ ਗੱਲ ਸੁਣੋ ਹੁਣ ਇੱਕ ਮੇਰੀ ਸੁਣਦਾ ਮੈਂ ਉਹਨਾਂ ਦਾ ਜਵਾਬ ਮੈਂ ਦੇ ਦਾਂ ਵੀ ਜਿੱਥੇ ਉਹ 1,00,000 ਦਾ ਫੋਨ ਲੈ ਸਕਦੇ ਆ ਉੱਥੇ ਫਿਰ ਉਹ ਕਿਤਾਬਾਂ ਵੀ ਖਰੀਦਦੇ ਅੱਛਾ ਇਹ ਗੱਲ ਵਧੀਆ ਅੱਛਾ ਬਈ ਆਪਾਂ ਨੂੰ ਸਾਰਿਆਂ ਨੂੰ ਕਹਿਣੀ ਚਾਹੀਦੀ ਹਰ ਬੰਦੇ ਨੂੰ ਵੀ ਤੁਸੀਂ ਚਾਹੇ ਤੁਹਾਡਾ ਕੋਈ ਜਿੰਨਾ ਮਰਜ਼ੀ ਕਰੀਬੀ ਹੈ ਉਹ ਜੇ ਸੱਚੀ ਕੁਛ ਲਿਖ ਰਿਹਾ ਤਾਂ ਆਪਾਂ ਨੂੰ ਸਿਰਫ ਉਹਨੂੰ ਖਰੀਦ ਕੇ ਹੀ ਪੜ੍ਹਨਾ ਚਾਹੀਦਾ ਕਿਉਂਕਿ ਉਹੀ ਗੱਲ ਆ ਵੀ ਅਸੀਂ ਸਾਰਾ ਕੁਛ ਮਹਿੰਗਾ ਖਰੀਦ ਸਕਦੇ ਹਾਂ ਪਰ ਕਿਤਾਬ ਜਿਹਨੇ ਸਾਡੇ ਹੁਣੇ ਥੋੜੇ ਦਿਨ ਪਹਿਲਾਂ ਪਾਲਿਸ਼ ਕਰਨਾ ਉਹਨੇ ਖਰੀਦੀ ਰਪਿੰਦਰ ਨੇ ਮੈਨੂੰ ਗੱਲ ਇਹ ਗੱਲ ਤੁਸੀਂ ਕਿਤੇ ਤਾਂ ਹੀ ਤਾਂ ਨਹੀਂ ਕਹਿ ਰਹੇ ਵੀ ਤੁਹਾਡੀ ਕਿਤਾਬ ਆਉਣ ਵਾਲੀ ਹੈ ਤੇ ਪਹਿਲਾਂ ਮੈਂ ਕਹਦੋ ਵੀ ਤੁਸੀਂ ਖਰੀਦਦੇ ਹੋ ਯਾਰ ਮੈਂ ਦੇਖੋ ਮੈਂ ਸੱਚੀ ਹਰੇਕ ਦੀ ਕਿਤਾਬ ਖਰੀਦ ਮੈਂ ਦੇਖੋ ਗੱਲ ਦੱਸਾਂ ਤੁਹਾਨੂੰ ਮੈਂ ਤਾਂ ਤੈਨੂੰ ਪਤਾ ਕਿ ਮੱਛਰ ਪੈ ਗਿਆ ਓਏ ਉਹ ਤੇਰੀ ਭੁੰਡੀ ਪੈ ਗਈ ਓਏ ਹੈ ਜੜ ਹੁਣ ਇਹ ਤੁਸੀਂ ਚੱਲਦੇ ਪ੍ਰੋਗਰਾਮ ਜੀ ਕੱਢੋਗੇ ਹੋਰ ਹੈ ਜੜ ਅਸਲ ਚ ਜਿਹੜਾ ਪ੍ਰੋਗਰਾਮ ਅੰਦਰ ਹੁੰਦਾ ਉਹਦੇ ਵਰਗਾ ਸਵਾਦ ਬਾਹਰ ਨਹੀਂ ਆਉਂਦਾ ਪਰ ਪ੍ਰੋਗਰਾਮ ਅੱਖਾਂ ਤੋਂ ਵੀ ਨਹੀਂ ਹੋਣਾ ਚਾਹੀਦਾ ਦੇਖੀ ਨਿਕਲ ਗਿਆ ਇਹ ਬੰਦੇ ਨੂੰ ਕੱਢ ਕੇ ਦਿਖਾਣੀ ਪੈਂਦੀ ਤਾਂ ਸਬਰ ਆਉਂਦਾ ਕੀ ਬਾਤ ਹੈ ਓਏ ਕੀ ਬਾਤ ਹੈ ਯਾਰ ਸੱਚੀ ਸਬਰ ਨਹੀਂ ਆ ਕਹਿੰਦਾ ਨਿਕਲ ਹੀ ਨਿਕਲ ਅੰਦਰ ਹੈ ਅਸਲ ਇਹਦਾ ਬਾਪੂ ਡਾਕਟਰ ਸੀ ਹੈਗਾ ਸੀ ਨਾ ਸੱਚ ਇਹਨੇ ਬਾਪੂ ਤੇ ਮੁੜ ਜਾਣਾ ਇੰਟਰਵਿਊ ਖਤਮ ਕਰੋ ਸੋ ਬਈ ਗੱਲ ਹੈ ਬਈ ਬਹੁਤ ਵਧੀਆ ਤੇ ਕਿਤਾਬ ਮੈਂ ਤਾਂ ਆਪ ਦੱਸਦਾ ਵੀ ਮੈਂ ਲੇਖਾਂ ਦਾ ਆਉਂਦਾ ਨਹੀਂ ਹੈਗਾ ਲੇਖ ਤਾਂ ਬੈਠੇ ਆ ਉੱਤੇ ਬੜੇ ਬੜੇ ਟੁੱਟਿਆ ਵਾ ਬੰਦਾ ਇੱਕ ਅੰਦਰੋਂ ਵੀ ਤੇ ਬਾਹਰੋਂ ਵੀ ਤੇ ਮੈਂ ਕਿਤਾਬ ਕਦੇ ਵੀ ਮੁਫਤ ਦਿੰਦਾ ਹੀ ਨਹੀਂ ਕਿਸੇ ਨੂੰ ਯਾਰ ਮੈਂ ਅੱਛਾ ਗੱਲ ਹੋਰ ਵੀ ਹੈ ਆਹ ਕਿਤਾਬ ਕਹਿਣਾ ਵੀ ਆਹ ਮੇਰੀ ਕਿਤਾਬ ਪੜ੍ਹੀ ਉਹ ਵੀ ਕਿਤਾਬ ਦੀ ਬੇਇੱਜ਼ਤੀ ਹੈ ਅਤੇ ਬੰਦਾ ਚਾਹੁੰਦਾ ਨਹੀਂ ਮੈਂ ਜਦੋਂ ਪਹਿਲਾਂ ਲੜੇ ਚਿੜੇ ਕਿਤਾਬ ਛਾਪੀ ਅਤੇ ਮੇਰੇ ਕੋਲ ਕਿਤਾਬਾਂ ਇੰਨੀਆਂ ਅਤੇ ਮੈਂ ਇੱਕ ਬੰਦੇ ਨੂੰ ਯੂਨੀਵਰਸਿਟੀ ਮਿਲਿਆ ਅੱਜ ਕੱਲ੍ਹ ਉਹ ਬਲੌਗਰ ਬਣ ਗਿਆ ਕੁੱਦਾਂ ਨਹੀਂ ਹੋਰ ਹੈ ਤੁਸੀਂ ਜਾਣਦੇ ਹੀ ਨਾ ਨਹੀਂ ਨਾ ਨਹੀਂ ਲੈਣਾ ਪਤਾ ਜੋਲਾ ਰਹੇ ਡਰਦਾ ਡਰਨਾ ਕੀ ਨਾ ਲੈਣਾ ਅਗਲਾ ਕਹਿੰਦਾ ਨਿੱਜ 'ਤੇ ਚਲੇ ਗਏ ਅੱਜ ਚਲੋ ਸਮੇਟੋ
तो वह कहता भी मैं ना उन्हें किताब बारे पूछा ना मैं इन्हूं कहा भी तू मेरी किताब पढ़ी। मैं यार ए नहीं, किताब तो बंदे ने कोई होर कवे भी यार वो किताब पढ़ी है तू फिर है किताब दी। मैं कह यार सर भी पढ़ी और पढ़ी की है, पर जे तू कहना भी किताब मैं लेनी है तो पैसे दे। सो किताबा कदे भी महंगा नहीं होंदिया, बहुत बड़ी गप है। जिते करोड़ों के घर हैं, लखा दिया गड्डिया तो लखा के मोबाइल लेने वाले बंदे बैठे पंजाब चाड़ हैं, किताब कदे भी महंगी नहीं होंगी। बस बहुत है जी। सो अज का प्रोग्राम समर्पित सी मनजीत सिंह राजपुरा भाजी होरां दी नवीं आई किताब, चौथी आई किताब तीवीं दी जन नूं। इह किताब तुसीं शाह किताबघर होरां दे नाल संपर्क करके मंगवा सकदे हो। प्रीति शैली दे कोल भी उहने छापी है, प्रीति शैली दा नाम पता ही है। प्रीति शैली पबलिशर्स ने जिहड़े उहनां ने किताब छापी है, तुसीं उहनां दे नाल भी संपर्क कर सकदे हो। बाकी जिन्हां जिन्हां लोकां नूं संपर्क करके किताब मंगवाई जा सकती है वो आपां इस प्रोग्राम दी डिस्क्रिप्शन दे विच दे देंगे। नेट दे उत्ते ना शायद वो सारा बनया हुआ खाता वो इंस्टाग्राम ते जाके फेसबुक ते नु सुनेहा भेज दो घरे भेज दिंदा। ते मैनूं लगदा गुरदीप तुसीं माफ़ी भी मंग लो भी असीं किताब बारे कोई खास गल नहीं कर सके क्योंकि सानूं मौका नहीं मिलिया, पर भाजी ने छड्डी कोई नहीं। नहीं सानू जी किताब ए बारे पहले ही पता से की होगा, सारा दिन तो चक्कड़ मारी जांदा भी कख नहीं है कुछ नहीं है। असल पता की है जसपाल भाजी गुस्सा करके कहने मेरा इन्होंने विशेष तौर पर धन्यवाद नहीं किया, कहने किताब तो सारी मेरे सज्जे पासे बह के लिखी है इन्होंने। असल में जो सर जिन्होंने जानते होंगे वो किताब भी सू कबाड़ लगती क्योंकि सू बंदा कबाड़ लगता जोड़ा दूर होंगे वह कहते यार उन्हें लिखी अच्छा फलाने हूँ। मैं जो भी लिखा ਤੁਸੀਂ ਮੈਂ ਰੋਜ਼ ਸਾਡੇ ਨਾਲ ਮਗਜੌਲੀਆਂ ਮਾਰ ਗੁਜ਼ਾਰਾ ਇਹੀ ਜੀ ਆ ਕਿਤਾਬ 'ਚ ਭਰੀ ਵੀ ਆ ਕੀ ਹੈ ਯਾਰ ਇਹ ਇਸ ਤਰ੍ਹਾਂ ਵਹਿਮ ਹੈ ਵਕ ਚਾਹੇ ਉਸ ਤੇ ਨਾਲ ਮਜ਼ਾਕ ਕਰ ਲੈਂਦੇ ਹਾਂ ਚਾਹੇ ਕੁਛ ਵੀ ਕਰ ਲੈਂਦੇ ਪਰ ਤੂੰ ਸਾਡਾ ਯਾਰ ਹੈ ਬੰਦਾ ਤੂੰ ਬੇਗਾਰ ਹੀ ਹੈ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਜ਼ਿਆਦਾ ਹੋ ਗਿਆ, ਸਾਨੂੰ ਸਾਰਿਆਂ ਨੂੰ ਦਿਓ ਇਜਾਜ਼ਤ। ਉਮੀਦ ਹੈ ਕਿ ਤੁਸੀਂ ਇਸ ਕਿਤਾਬ ਨੂੰ ਵੀ ਅਤੇ ਹੋਰ ਜਿੰਨੀਆਂ ਕਿਤਾਬਾਂ ਪੰਜਾਬੀ ਸਾਹਿਤ ਦੇ ਵਿੱਚ ਲਿਖੀਆਂ ਜਾ ਰਹੀਆਂ ਨੇ ਚੰਗੀਆਂ ਕਿਤਾਬਾਂ ਨੇ ਜ਼ਰੂਰ ਪੜ੍ਹੀਏ ਅਤੇ ਕਿਤਾਬ ਖਰੀਦੀਏ ਜ਼ਰੂਰ ਅਸੀਂ। ਸੋ ਬਹੁਤ ਮਿਹਰਬਾਨੀ ਕਿ ਤੁਸੀਂ ਸਮਾਂ ਕੱਢ ਕੇ ਇਸ ਪ੍ਰੋਗਰਾਮ ਨੂੰ ਵੇਖਿਆ। ਫਿਲਹਾਲ ਦੇ ਲਈ ਸਾਨੂੰ ਸਾਰਿਆਂ ਨੂੰ ਇਜਾਜ਼ਤ ਦੇ ਦਿਓ, ਅਸੀਂ ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।